ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਮਨਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਜਿਹੜੀ ਕਿਤਾਬ ਸ਼ੁਰੂ ਕਰਨ ਜਾ ਰਹੇ ਹਾਂ, ਇਸ ਦਾ ਸਿਰਲੇਖ ਹੈ ਹਮ ਹਿੰਦੂ ਨਹੀਂ, ਤੇ ਇਹ ਭਾਈ ਕਾਨ ਸਿੰਘ ਨਾਭਾ ਜੀ ਵੱਲੋਂ ਲਿਖੀ ਗਈ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ ਕਰਤਾ ਵੱਲੋਂ ਜ਼ਰੂਰੀ ਬੇਨਤੀ। ਪਿਆਰੇ ਪਾਠਕ ਜੀ, ਹਮ ਹਿੰਦੂ ਨਹੀਂ ਪੁਸਤਕ ਪੜ੍ਹ ਕੇ ਆਪ ਨੂੰ ਕੇਵਲ ਇਹ ਜਾਣਨਾ ਯੋਗ ਹੈ ਕਿ ਸਿੱਖ ਧਰਮ ਹਿੰਦੂ ਆਦਿਕ ਧਰਮਾਂ ਤੋਂ ਭਿੰਨ ਹੈ, ਅਰ ਸਿੱਖ ਕੌਮ ਹੋਰ ਕੌਮ ਦੀ ਤਰ੍ਹਾਂ ਇੱਕ ਜੁਦੀ ਕੌਮ ਹੈ। ਪਰ ਇਹ ਕਦੇ ਖਿਆਲ ਨਹੀਂ ਹੋਣਾ ਚਾਹੀਏ ਕਿ ਆਪ ਹਿੰਦੂ ਜਾਂ ਹੋਰ ਧਰਮੀਆਂ ਨਾਲ ਵਿਰੋਧ ਕਰੋ ਔਰ ਉਹਨਾਂ ਦੇ ਧਰਮਾਂ ਉੱਪਰ ਕੁਤਰਕ ਕਰੋ, ਅਥਵਾ ਦੇਸ਼ ਭਾਈਆਂ ਨੂੰ ਆਪਣਾ ਅੰਗ ਨਾ ਮੰਨ ਕੇ ਜਨਮ ਭੂਮੀ ਤੋਂ ਸਰਾਪ ਲਓ। ਸਗੋਂ ਆਪ ਨੂੰ ਉਚਿਤ ਹੈ ਕਿ ਸਤਿਗੁਰਾਂ ਦੇ ਇਹਨਾਂ ਬਚਨਾਂ ਪਰ ਭਰੋਸਾ ਔਰ ਅਮਲ ਕਰਦੇ ਹੋਏ ਕਿ ਏਕ ਪਿਤਾ ਏਕਸ ਕੇ ਹਮ ਬਾਰਕ ਔਰ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ। ਸਬਸ ਨਾਲ ਪੂਰਨ ਪਿਆਰ ਕਰੋ ਔਰ ਹਰ ਵੇਲੇ ਸਭ ਦਾ ਹਿੱਤ ਚਾਹੋ। ਜਿਸ ਦੇਸ਼ ਦੇ ਆਦਮੀ ਵਿਦਿਆ ਦੇ ਤੱਤ ਔਰ ਦੀਰਘ ਵਿਚਾਰ ਤੋਂ ਖਾਲੀ ਰਹਿ ਕੇ ਧਰਮ ਨੀਤੀ ਔਰ ਸਮਾਜ ਆਦਿਕ ਦੇ ਮਾਮਲਿਆਂ ਦੀ ਖਿਚੜੀ ਬਣ ਕੇ ਪਰਸਪਰ ਈਰਖਾ ਦਵੈਤ ਨਾਲ ਸੜਦੇ ਔਰ ਲੜਦੇ ਹਨ, ਉਹ ਲੋਕ ਪਰਲੋਕ ਦਾ ਸੁੱਖ ਖੋ ਬੈਠਦੇ ਹਨ ਔਰ ਪਰਮ ਪਿਤਾ ਵਾਹਿਗੁਰੂ ਦੇ ਪੁੱਤਰ ਕਹਾਉਣ ਦੇ ਅਧਿਕਾਰ ਤੋਂ ਹੀ ਨਹੀਂ ਬਲਕਿ ਮਨੁੱਖ ਪਦਵੀ ਤੋਂ ਵੀ ਪਤਿਤ ਹੋ ਜਾਂਦੇ ਹਨ ਔਰ ਵਿਦਵਾਨ ਤਥਾ ਪ੍ਰਤਾਪੀ ਕੌਮਾਂ ਤੋਂ ਗਿਲਾਨੀ ਨਾਲ ਵੇਖੇ ਜਾਂਦੇ ਹਨ। ਇਸ ਤੋਂ ਉਲਟ ਜੋ ਭਿੰਨ ਭਿੰਨ ਧਰਮੀ ਹੋਣ ਪਰ ਵੀ ਇੱਕ ਨੇਸ਼ਨ ਵਾਂਗ ਮਿਲ ਕੇ ਰਹਿੰਦੇ ਹਨ ਔਰ ਇੱਕ ਦੀ ਹਾਨੀ ਲਾਭ ਨੂੰ ਦੇਸ਼ ਦੀ ਹਾਨੀ ਲਾਭ ਮੰਨਦੇ ਹਨ, ਉਹ ਸਭ ਸੁੱਖਾਂ ਦੇ ਪਾਤਰ ਹੁੰਦੇ ਹਨ ਔਰ ਸਭ੍ਯ ਕੌਮਾਂ ਤੋਂ ਸਨਮਾਨ ਪਾਉਂਦੇ ਹਨ। ਭਾਰਤ ਸੇਵਕ ਕਾਨ ਸਿੰਘ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਭੂਮਿਕਾ। ਪਿਆਰੇ ਖਾਲਸਾ ਜੀ, ਆਪ ਮੇਰੇ ਇਸ ਲੇਖ ਨੂੰ ਦੇਖ ਕੇ ਅਸ਼ਚਰਜ ਹੋਵੋਗੇ ਅਤੇ ਪ੍ਰਸ਼ਨ ਕਰੋਗੇ ਕਿ ਖਾਲਸਾ ਤਾਂ ਬਿਨਾਂ ਸੰਸੇ ਹਿੰਦੂਆਂ ਤੋਂ ਭਿੰਨ ਹੈ, ਫਿਰ ਇਹ ਲਿਖਣ ਦੀ ਕੀ ਲੋੜ ਸੀ ਕਿ ਹਮ ਹਿੰਦੂ ਨਹੀਂ, ਔਰ ਜੇ ਐਸਾ ਲਿਖਿਆ ਹੈ ਤਾਂ ਨਾਲ ਹੀ ਇਹ ਕਿਉਂ ਨਹੀਂ ਲਿਖਿਆ ਕਿ ਅਸੀਂ ਮੁਸਲਮਾਨ, ਈਸਾਈ ਔਰ ਬੋਧ ਆਦਿਕ ਵੀ ਨਹੀਂ ਹਾਂ। ਇਸ ਸ਼ੰਕਾ ਦੇ ਉੱਤਰ ਵਿੱਚ ਇਹ ਬੇਨਤੀ ਹੈ ਕਿ ਜੋ ਸਤਿਗੁਰੂ ਦੇ ਪੂਰੇ ਵਿਸ਼ਵਾਸੀ ਗੁਰਬਾਣੀ ਅਨੁਸਾਰ ਚੱਲਦੇ ਹਨ ਔਰ ਖਾਲਸਾ ਧਰਮ ਦੇ ਨਿਯਮਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਉਹਨਾਂ ਨੂੰ ਸਮਝਾਉਣ ਲਈ ਮੈਂ ਇਹ ਪੁਸਤਕ ਨਹੀਂ ਲਿਖਿਆ। ਇਹ ਗ੍ਰੰਥ ਉਹਨਾਂ ਭਾਈਆਂ ਨੂੰ ਉਪਦੇਸ਼ ਦੇਣ ਲਈ ਹੈ ਜਿਨ੍ਹਾਂ ਪਰ ਅੱਗੇ ਲਿਖਿਆ ਇਤਿਹਾਸਕ ਦ੍ਰਿਸ਼ਟਾਂਤ ਘਟਦਾ ਹੈ, ਜਿਸ ਦਾ ਸੰਖੇਪ ਇਉਂ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਵਾਰ ਇੱਕ ਗਧੇ ਨੂੰ ਸ਼ੇਰ ਦੀ ਖੱਲ ਪਹਿਨਾ ਕੇ ਜੰਗਲ ਵਿੱਚ ਛੱਡ ਦਿੱਤਾ। ਸਾਰੇ ਆਦਮੀ ਅਤੇ ਪਸ਼ੂ ਉਸ ਨੂੰ ਸ਼ੇਰ ਸਮਝ ਕੇ ਇਤਨਾ ਡਰਨ ਕਿ ਕੋਈ ਉਸ ਦੇ ਪਾਸ ਨਾ ਜਾਵੇ ਔਰ ਉਹ ਗੂਣ ਚੱਕਣ ਦੇ ਦੁੱਖ ਤੋਂ ਛੁਟਕਾਰਾ ਪਾ ਕੇ ਮਨ ਭਾਉਂਦੀਆਂ ਖੇਤੀਆਂ ਖਾ ਕੇ ਮੋਟਾ ਡਾਢਾ ਹੋ ਗਿਆ ਔਰ ਆਨੰਦਪੁਰ ਦੇ ਆਸ ਪਾਸ ਫਿਰ ਕੇ ਆਨੰਦ ਵਿੱਚ ਦਿਨ ਬਿਤਾਉਣ ਲੱਗਾ। ਪਰ ਇੱਕ ਦਿਨ ਆਪਣੇ ਸਾਥੀਆਂ ਦੀ ਮਨੋਹਰ ਧੁਨੀ ਸੁਣ ਕੇ ਕੁੰਭਿਆਰ ਦੇ ਘਰ ਨੂੰ ਉੱਠ ਨੱਠਾ ਔਰ ਖੁਰਲੀ ਪਰ ਜਾ ਖੜੋਤਾ। ਕੁੰਭਿਆਰ ਨੇ ਉਸ ਨੂੰ ਆਪਣਾ ਗਧਾ ਪਛਾਣ ਕੇ ਸ਼ੇਰ ਦੀ ਖੱਲ ਉੱਤੋਂ ਉਤਾਰ ਦਿੱਤੀ ਅਤੇ ਗੂਣ ਲੱਦ ਕੇ ਸੋਟੇ ਨਾਲ ਅੱਗੇ ਕਰ ਲਿਆ। ਇਸ ਦ੍ਰਿਸ਼ਟਾਂਤ ਤੋਂ ਕਲਗੀਧਰ ਮਹਾਰਾਜ ਜੀ ਨੇ ਆਪਣੇ ਪਿਆਰੇ ਸਿੱਖਾਂ ਨੂੰ ਉਪਦੇਸ਼ ਦਿੱਤਾ ਕਿ ਹੇ ਮੇਰੇ ਸਪੁੱਤਰੋ, ਮੈਂ ਤੁਹਾਨੂੰ ਇਸ ਗਧੇ ਦੀ ਤਰ੍ਹਾਂ ਕੇਵਲ ਚਿੰਨ੍ਹ ਮਾਤਰ ਸ਼ੇਰ ਨਹੀਂ ਬਣਾਇਆ, ਸਗੋਂ ਗੁਣਧਾਰੀ, ਸਰਬ ਗੁਣ ਭਰਪੂਰ, ਜਾਤ ਪਾਤ ਦੇ ਬੰਧਨਾਂ ਤੋਂ ਮੁਕਤ ਆਪਣੀ ਸੰਤਾਨ ਬਣਾ ਕੇ ਸ੍ਰੀ ਸਾਹਿਬ ਕੌਰ ਦੀ ਗੋਦੀ ਪਾਇਆ ਹੈ। ਹੁਣ ਤੁਸੀਂ ਅਗਿਆਨ ਦੇ ਵੱਸ ਹੋ ਕੇ ਇਸ ਗਧੇ ਦੀ ਤਰ੍ਹਾਂ ਪੁਰਾਣੀ ਜਾਤ ਪਾਤ ਵਿੱਚ ਨਾ ਜਾ ਵੜਨਾ। ਜੇ ਮੇਰੇ ਉਪਦੇਸ਼ ਨੂੰ ਭੁਲਾ ਕੇ ਪਵਿੱਤਰ ਖਾਲਸਾ ਧਰਮ ਤਿਆਗ ਕੇ ਉਹਨਾਂ ਜਾਤਾਂ ਵਿੱਚ ਹੀ ਜਾ ਵੜੋਗੇ ਜਿਨ੍ਹਾਂ ਤੋਂ ਮੈਂ ਤੁਹਾਨੂੰ ਕੱਢਿਆ ਹੈ, ਤਾਂ ਇਸ ਗਧੇ ਜਿਹੀ ਦਸ਼ਾ ਹੋ ਔਰ ਤੁਹਾਡੀ ਧਰਮ ਨਿਸ਼ਠਾ ਅਤੇ ਸੂਰਵੀਰਤਾ ਸਭ ਜਾਂਦੀ ਰਹੋ। ਸਤਿਗੁਰੂ ਦੇ ਇਸ ਉਪਦੇਸ਼ ਤੋਂ ਬੇਮੁਖ ਹੁਣ ਸਾਡੇ ਵਿੱਚ ਬਹੁਤ ਭਾਈ ਐਸੇ ਹਨ ਜੋ ਆਪਣੇ ਆਪ ਨੂੰ ਸਿੰਘ ਹੋ ਕੇ ਵੀ ਹਿੰਦੂ ਧਰਮੀ ਮੰਨਦੇ ਹਨ ਔਰ ਗੁਰਬਾਣੀ ਅਨੁਸਾਰ ਚੱਲਣੇ ਅਤੇ ਸਿੱਖ ਧਰਮ ਨੂੰ ਹਿੰਦੂ ਧਰਮ ਤੋਂ ਜੁਦਾ ਔਰ ਸ਼੍ਰੋਮਣੀ ਮੰਨਣ ਅਤੇ ਕਹਿਣ ਵਿੱਚ ਹਾਨੀ ਜਾਣਦੇ ਹਨ, ਜਿਸ ਦਾ ਕਾਰਨ ਇਹ ਹੈ ਕਿ ਉਹਨਾਂ ਨੇ ਆਪਣੇ ਧਰਮ ਪੁਸਤਕਾਂ ਦਾ ਵਿਚਾਰ ਨਹੀਂ ਕੀਤਾ ਔਰ ਨਾ ਪੁਰਾਣੇ ਇਤਿਹਾਸ ਦੇਖੇ ਹਨ।
केवल अनमता दियां पोथियां और स्वार्थी परपंचियां दी सिख्या सुनन विच उम्र बिताई है, पर शोक है ऐसे भाइयों उपर जो परम पूजनिक पिता दे उपकारा नू भुला के जिसने नीचों ऊंच कीता, कंगालों राजे बनाए, गिदड़ों शेर और चिड़िया तो बाज सजाए, गुरमत विरोधियां दे पिछे लग के पाखंड जाल विच फस के अपना मनुख जन्म हारदे होए खालसा धर्म तो पतित हो रहे हैं। केवल हिंदू धर्म तो ही खालसे की भिन्नता इस पुस्तक विच इस वास्ते लिखी है कि होरना धर्मां तो पहला ही साढ़े भाई अपने आप नू जुदा समझते हैं, पर अग्ञान करके खालसे नू हिंदू अथवा हिंदुआं दा ही एक फिरका ख्याल करते हैं। मैं निश्चय करता हाँ कि मेरे भुले हुए भाई इस ग्रंथ नू पढ़ के अपने धर्म अनुसार चलणगे और अपने आप नू गुरु नानक देव अर दसवें पातशाह दा पुत्तर समझ के खालसा बनणगे और भरोसा करणगे कि हम हिंदू नहीं। पंजवीं एडिशन दी भूमिका। हम हिंदू नहीं पुस्तक दे छपन पर अज्ञानी सिखा और स्वार्थी हिंदू भाइयों ने बड़ा रौला मचाया और उपद्रव किते। एक दो शरारतियां ने अपने आप नू खुफिया पुलिस दा अफसर प्रसिद्ध करके गुरपुर निवासी महाराजा साहिब नाभा पास इस मजमून दी चिट्ठी भेज के अपना मनोरथ सिद्ध किया। हम हिंदू नहीं किताब जो कि गुमनाम है और सिख व हिंदुओं में फसाद डालने वाली है, उसकी तहकीकात के लिए गवर्नमेंट ने मुझे मुकरर किया है और गवर्नमेंट को इसका बहुत ख्याल हो रहा है। मुसन्निफ का पता लगने पर सरकार सख्त सजा देगी। मैंने सारे पंजाब का दौरा किया है और खुफिया तहकीकात से मुसन्निफ का पता लगा लिया है। मैं नाम भी जाहिर कर देता हूँ, इस किताब के बनाने वाला कान सिंह है। बेहतर होगा अगर मेरी रिपोर्ट गवर्नमेंट में पहुंचने से पहले मुसन्निफ को रियासत से सजा तजवीज की जाए। कई प्रेमियों ने यह प्रगट किया कि हम हिंदू नहीं रसाला कानून विरुद्ध दिल दिखाने वाले लेखा नाल भरपूर है, जिस पर हेठ लिखी एच ए बी रैगिटन साहिब दी कानूनी राय लेनी पई। मैं हम हिंदू नहीं रसाले दा अंग्रेजी तर्जमा पढ़िया। यह रसाला एक सिरे तो दूजे सिरे ताई मजहबी है और इस तरीके नाल लिखा गया है कि किसी तरह भी किसी दा दिल नहीं दुखा सकता। इस विच हिंदू धर्म का जिक्र अजिहे ढंग नाल कीता गया है कि थोड़ी जही भी बेअदबी नहीं पाई जाती। मैं नहीं समझदा कि कोई किस तरह आख सकता है कि रसाला बनाउण वाले दे ख्यालात किसी का दिल दिखाउण वाले हैं। मैं अपनी राय इस रसाले बाबत प्रगट करता हाँ कि किसी तरह का कोई कानूनी इतराज इस किताब बाबत नहीं कहा जा सकता। दो चार हिंदू सज्जना ने अंग्रेजी साखी और छक्के आदिक दे प्रमाण दे के इस रसाले दा खंडन लिखिया, जिना सबना दा तीजी एडिशन विच खंडन किता गया है। गुरमत सुधाकर दी भूमिका विच एह गल साफ दसी गई है कि साखी इतिहास आदिक ओही पुस्तक प्रवान हन जो गुरबाणी दे विरुद्ध ना होन। जिस पुस्तक विच जो लेख गुरमत अनुसार है ओह मनने लायक है और जो लेख गुरमत विरुद्ध है ओह त्यागने योग है। पर इत्थे भी संखेप नाल पाठकां नू दो चार उदाहरण दे के समझाउने हां। सिंह सूर्योदय विच लिखिया है कि गुरु दा सिख नमो सूरज सूरजे नमो चंद्र चंद्रे। यह मंत्र पढ़ के चंद्रमा और सूर्य नू मत्था टेको। पहला तां इना जाप दियां तुकां दा अर्थ यह है कि जो वाहिगुरु चंद्रमा अते सूरज दा भी प्रकाशक है उसनू नमस्कार है। दूजे गुरमत विच चंद्रमा और सूर्य दे पूजन दा निषेध है, यथा परम तत्त को जिन ना पछाना तिन कर ईसर तिन को माना, केते सूर चंद कहो माने अग्नहोत्र कई पवन परमाने। बचित्र नाटक अध्याय छेवां। कोई पूजे चंद सूर कोई धरत आकाश मनावे, फोकट धर्मी भरम भुलावे। भाई गुरदास वार पहली। ईदो आलम जराए अज नीरे उस्त, मेहरो मां मश अल कशे मजदूर उस्त। भाई नंदलाल। और लिखिया है अमृत छक के वर्ण और जाति की रीत ना त्यागे।
ਭਾਵੇਂ ਗੁਰਮਤ ਇਸ ਤੋਂ ਪਰਮ ਵਿਰੁੱਧ ਹੈ। ਤੀਜਾ, ਗੁਰਬਿਲਾਸ ਵਿੱਚ ਲਿਖਿਆ ਹੈ ਕਿ ਦੁਖਤ ਪ੍ਰਿਥਵੀ ਗਊ ਬਣ ਕੇ ਬ੍ਰਹਮਾ ਨੂੰ ਨਾਲ ਲੈ ਕੇ ਅਕਾਲ ਪੁਰਖ ਪਾਸ ਗਈ। ਉਸ ਦੀ ਬੇਨਤੀ ਪਰ ਅਕਾਲ ਨੇ 6ਵੇਂ ਗੁਰੂ ਦਾ ਰੂਪ ਧਾਰਿਆ ਔਰ ਜਨਮ ਸਮੇਂ ਗੁਰੂ ਹਰਗੋਬਿੰਦ ਜੀ ਚਤੁਰਭੁਜ ਸੇ। ਪਹਿਲੇ ਤਾਂ ਇਸ ਕਥਾ ਲਿਖਣ ਵਾਲੇ ਨੇ ਗੁਰਮਤ ਵਿਰੁੱਧ ਅਕਾਲ ਨੂੰ ਜਨਮ ਮਰਨ ਵਾਲਾ ਔਰ ਚੌਬਾਹੂ ਸਾਬਤ ਕੀਤਾ। ਦੂਜੇ, 5 ਸਤਿਗੁਰਾਂ ਦੀ ਨਿੰਦਾ ਕੀਤੀ ਕਿਉਂਕਿ ਉਹਨਾਂ ਦੇ ਉਪਦੇਸ਼ਾਂ ਕਰਕੇ ਪ੍ਰਿਥਵੀ ਦਾ ਭਾਰ ਦੂਰ ਨਹੀਂ ਹੋਇਆ ਸੀ। ਚੌਥਾ, ਇਸੇ ਪੋਥੀ ਵਿੱਚ ਲਿਖਿਆ ਹੈ ਕਿ ਗੁਰੂ ਅਰਜਨ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਪਰ ਸਿਆਪਾ ਹੋਇਆ ਔਰ ਗੁਰੂ ਸਾਹਿਬ ਬਹੁਤ ਰੋਏ। ਭਾਵੇਂ ਗੁਰੂ ਦੇ ਮਤ ਵਿੱਚ ਐਸੇ ਕਰਮ ਬਹੁਤ ਹੀ ਨਿੰਦਤ ਕਥਨ ਕੀਤੇ ਹਨ, ਯਥਾ ਰੋਵਣ ਵਾਲੇ ਜੇਤੜੇ ਸਭ ਬੰਨੈ ਪੰਡ ਪਰਾਲ, ਉਹੀ ਉਹੀ ਕਿਆ ਕਰੋ ਹੇ ਹੋਸੀ ਸੋਈ, ਤੁਮ ਰੋਵੋਗੇ ਉਸਨੂੰ ਤੁਮਕੋ ਕੌਣ ਰੋਈ, ਧੰਦਾ ਪਿਟੇ ਭਾਈਓ ਤੁਮ ਕੂੜ ਕਮਾਵੋ, ਉਹ ਨਾ ਸੁਣੀ ਕਤ ਹੀ ਤੁਮ ਲੋਕ ਸੁਣਾਵੋ, ਰੋਵਣ ਸਗਲ ਬਿਕਾਰੋ ਗਾਫਲ ਸੰਸਾਰੋ, ਮਾਇਆ ਕਾਰਨ ਰੋਵੈ ਚੰਗਾ ਮੰਦਾ ਕਿਛ ਸੂਝੈ ਨਾਹੀ, ਇਹ ਤਨ ਐਵੇ ਖੋਵੈ, ਜੋ ਹਮਕੋ ਰੋਵੇਗਾ ਕੋਈ ਈਤ ਊਤ ਤਾਕੋ ਦੁਖ ਹੋਈ, ਕੀਰਤਨ ਕਥਾ ਸੋ ਗਾਵੋ ਬਾਣੀ, ਇਹ ਮੋਰ ਸਿੱਖਿਆ ਸੁਣ ਹੋ ਕਾਨੀ, ਤਜੈ ਸ਼ੋਕ ਸਭ ਅੰਧ ਬਡਾਏ ਨਹਿ ਪੀਟੈ ਤ੍ਰਿਯੈ ਮਿਲ ਸਮੁਦਾਏ, ਪੰਡੈ ਸ਼ਬਦ ਕੀਰਤਨ ਕੋ ਕਰੈ ਸੁਨੈ ਬੈਠ ਵਿਰਾਗ ਸੋ ਧਰੈ। ਐਸੇ ਹੀ ਬਿਨਾਂ ਵਿਚਾਰੇ ਜੋ ਹੋਰ ਲੇਖ ਅਗਿਆਨੀਆਂ ਨੇ ਪੁਸਤਕਾਂ ਵਿੱਚ ਲਿਖੇ ਉਹ ਆਦਰ ਯੋਗ ਨਹੀਂ, ਯਥਾ ਗੁਰੂ ਨਾਨਕ ਸਾਹਿਬ ਕੀੜ ਨਗਰ ਵਿੱਚ ਗਏ, ਉੱਥੇ ਕੀੜਿਆਂ ਦਾ ਹੀ ਰਾਜ ਸੀ, ਉਹਨਾਂ ਪਰ ਥਾਏ ਗੁਰੂ ਸਾਹਿਬ ਨੇ ਸ਼ਬਦ ਉਚਾਰਿਆ, ਕੀੜਾ ਥਾਪ ਦੇ ਪਾਤਸ਼ਾਹੀ ਲਸਕਰ ਕਰੇ ਸੁਆ। ਦੂਜਾ, ਗੁਰੂ ਜੀ ਤੋਂ ਸਿੱਖਾਂ ਨੇ ਕੁੰਭ ਮੇਲੇ ਦਾ ਮਹੱਤਵ ਪੁੱਛਿਆ ਤਾਂ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ, ਕੁੰਭੇ ਬਦਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ। ਤੀਜਾ, ਗੁਰੂ ਸਾਹਿਬ ਨੇ ਆਸਾ ਦੇਸ਼ ਵਿੱਚ ਸ਼ੇਖ ਫਰੀਦ ਨਾਲ ਮੁਲਾਕਾਤ ਕੀਤੀ ਔਰ ਆਸਾ ਰਾਗ ਵਿੱਚ ਬਾਣੀ ਉਚਾਰੀ ਔਰ ਧਨਾਸਰੀ ਦੇਸ਼ ਵਿੱਚ ਧਨਾਸਰੀ ਰਾਗ ਉਚਾਰਨ ਕੀਤਾ। ਚੌਥਾ, 6ਵੇਂ ਗੁਰੂ ਭੂਤ ਔਰ ਭੂਤਨੀਆਂ ਭੇਜ ਕੇ ਦੇਸ਼ ਦੇਸ਼ਾਂਤਰਾਂ ਤੋਂ ਖਬਰ ਮੰਗਵਾਇਆ ਕਰਦੇ ਸੀ। ਪੰਜਵਾਂ, 10ਵੇਂ ਗੁਰੂ ਸਾਹਿਬ ਕ੍ਰਿਸ਼ਨ ਦੀ ਤਰ੍ਹਾਂ ਪਾਣੀ ਭਰਨ ਆਈਆਂ ਇਸਤਰੀਆਂ ਦੇ ਘੜੇ ਭੰਨ ਦਿੰਦੇ ਸੇ ਔਰ ਗਵਾਂਢੀਆਂ ਦਾ ਮੱਖਣ ਚੁਰਾ ਕੇ ਖਾ ਜਾਂਦੇ ਸੀ। 6ਵਾਂ, ਸੈਯਦਾਂ ਦੀ ਉਤਪਤੀ ਪਾਂਡਵਾਂ ਵੇਲੇ ਹੋਈ ਔਰ ਮੁਗਲ ਬ੍ਰਾਹਮਣਾਂ ਦੀ ਔਲਾਦ ਹਨ। ਇਤਿਹਾਦਿਕ ਬਹੁਤ ਲੇਖ ਹਨ ਜਿਨ੍ਹਾਂ ਦੇ ਇੱਥੇ ਲਿਖਣ ਕਰਕੇ ਵਿਸਥਾਰ ਹੁੰਦਾ ਹੈ। ਕਬੀਰ ਜੀ ਔਰ ਭਾਈ ਮਨੀ ਸਿੰਘ ਜੀ ਦੇ ਕਥਨ ਅਨੁਸਾਰ ਗੁਰਮੁਖਾਂ ਨੂੰ ਚਾਹੀਏ ਕਿ ਮੱਖਣ ਨੂੰ ਗ੍ਰਹਿਣ ਕਰਕੇ ਛਾਛ ਦਾ ਤਿਆਗ ਕਰ ਦੇਣ। ਸਿਧਾਂਤ ਇਹ ਹੈ ਕਿ ਜੋ ਪ੍ਰਮਾਣ ਗੁਰਬਾਣੀ ਸੰਮਤ ਹੈ ਉਹੀ ਮੰਨਣਯੋਗ ਹੈ ਔਰ ਜੋ ਵਿਰੁੱਧ ਹੈ ਉਸ ਦਾ ਸਰਬਥਾ ਤਿਆਗ ਹੈ। ਜੋ ਲੋਕ ਅਪ੍ਰਮਾਣ ਪ੍ਰਮਾਣਾਂ ਨਾਲ ਸਿੱਖਾਂ ਨੂੰ ਹਿੰਦੂ ਸਿੱਧ ਕਰਨ ਦਾ ਯਤਨ ਕਰਦੇ ਹਨ ਉਹ ਆਪਣੀ ਮਿਹਨਤ ਹੀ ਨਹੀਂ ਗਵਾਉਂਦੇ ਸਗੋਂ ਆਪਣੀ ਅਗਿਆਨਤਾ ਅਥਵਾ ਸਵਾਰਥ ਭਰੀ ਕੁਟਿਲਤਾ ਪ੍ਰਸਿੱਧ ਕਰਕੇ ਹਾਸੀ ਅਤੇ ਘਿਰਣਾ ਦੇ ਯੋਗ ਹੁੰਦੇ ਹਨ। ਇਸ ਪੁਸਤਕ ਅਥਵਾ ਸਵਾਲ ਪਰ ਜੋ ਪੰਥ ਦੀ ਸੰਮਤੀ ਹੈ ਇੱਥੇ ਉਸ ਦਾ ਪ੍ਰਗਟ ਕਰ ਦੇਣਾ ਵੀ ਜ਼ਰੂਰੀ ਹੈ, ਜਿਸ ਤੋਂ ਸਭ ਨੂੰ ਪ੍ਰਤੀਤ ਹੋ ਜਾਵੇ ਕਿ ਕੌਮ ਦੇ ਮੁਖੀਏ ਪ੍ਰੇਮੀਆਂ ਦੀ ਇਸ ਵਿਸ਼ੇ ਤੇ ਕੀ ਰਾਏ ਹੈ। ਨੰਬਰ ਪਹਿਲਾ, ਚਿੱਠੀ ਹਜ਼ੂਰ ਸਾਹਿਬ ਅਬਚਲ ਨਗਰ ਦੀ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਦੋਹਰਾ, ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਜਗਮਗ ਜੋਤ ਬਿਰਾਜਈ ਅਬਚਲ ਨਗਰ ਅਪਾਰ। ਸਰਬ ਗੁਣ ਨਿਧਾਨ ਪ੍ਰੇਮੀ ਪਿਆਰੇ ਸਿੰਘ ਸਾਹਿਬ ਕਾਨ ਸਿੰਘ ਜੀ ਕੋ ਹੋਰ ਸਰਬੱਤ ਖਾਲਸੇ ਜੀ ਕੋ ਲਿਖਤਮ ਸ਼੍ਰੀ ਹਜ਼ੂਰ ਅਬਚਲ ਨਗਰ ਸਾਹਿਬ ਜੀ ਸੇ ਪੁਜਾਰੀ ਮਾਨ ਸਿੰਘ ਨੇ, ਪੁਜਾਰੀ ਨਾਰਾਇਣ ਸਿੰਘ ਨੇ, ਹੋਰ ਸਰਬੱਤ ਨੇ ਵਾਹਿਗੁਰੂ ਜੀ ਕੀ ਫਤਿਹ ਬੋਲੀ ਹੈ। ਬੁਲਾਵਣੀ ਜੀ, ਆਪ ਕੀ ਸੁਖ ਸਤਿਗੁਰੂ ਪਾਸੋਂ ਚਾਹਤੇ ਹੈ ਜੀ, ਆਪਨੇ ਜੋ ਹਮ ਹਿੰਦੂ ਨਹੀਂ ਪੁਸਤਕ ਰਵਾਨਾ ਕੀਆ ਸੋ ਪਹੁੰਚਾ, ਬੇਸ਼ੱਕ
महाराज दसवें बादशाह जी ने खालसा पंथ तीसरा हिंदू मुसलमान से अलहदा रच कर जारी किया है और तमाम पंथ को चाहिए कि दसवें बादशाह के ऊपर ही भरोसा रखें, सिवाय उनके और किसी को मददगार ना समझे। खालसा पंथ सूरज के समान प्रकाश हो रहा है, कुरीतिये अगर सूरज के तेज को रोकना चाहें तो रोक नहीं सकते, वो हमेशा प्रकाश रूप ही रहेगा। नंबर दूजा हुक्मनामा तख्त केसगढ़ साहिब दा। एक ओंकार सतगुर प्रसाद। भाई कान सिंह जी, वाहिगुरु जी की फतेह है। तख्त केसगढ़ साहिब की राय है कि खालसा हिंदू और मुसलमानों से तीसरा मजहब गुरु साहिब ने बनाया है, जिसका प्रमाण श्री गुरु साहिब की बाणी से और गुरबिलास पंथ प्रकाश आदि पुस्तकों से मिलता है। ओंकार के समेत 17-9 है। नंबर तीजा हुक्मनामा दमदमे साहिब दा। एक ओंकार सतगुर प्रसाद। श्री सतगुरु जी के प्यारे, श्री सतगुरु जी के सवारे, श्री सतगुरु जी के साजे, श्री सतगुरु जी के निवाजे, परोपकारी सन्मुख दरबारी, गुरु बाणी के हितकारी, निर्मल बुद्ध बचन के शुद्ध गुरसिंगों को प्यारे, श्री सर्ब उपमा जोग सिंह साहिब कान सिंह जी को लिखतो दरबार दमदबे साहिब से सर्व महंतों की श्री वाहिगुरु जी की फतेह बोली है बुलावनी जी। और हम हिंदू नहीं पुस्तक खालसे के दीवान में पढ़िया गया और सर्व खालसे ने इस नूं पसंद किया। इस पुस्तक तो उन्हां नूं बहुत लाभ होवेगा जो गुरां दे उपदेशां तो भुल के अपने आप नूं हिंदू समझते हैं। हिंदू मुसलमान ते न्यारा पंथ खालसा है, सर्व गुरमत ग्रंथों द्वारा प्रसिद्ध है। दस्तखत दीवान सिंह, चेत सिंह, प्रेम सिंह, सुंदर सिंह, नारायण सिंह, जय सिंह महंत, उत्तम सिंह, चंदा सिंह। नंबर चौथा हुक्मनामा मुक्तसर जी दा। एक ओंकार सतगुर प्रसाद। श्री सर्ब उपमा लायक भाई कान सिंह जी जोग श्री मुक्तसर साहिब गुरुद्वारा बड़ा दरबार साहिब व तंबू साहिब तो सरबत खालसे जी की श्री वाहिगुरु जी की फतेह बोली है बुलावनी जी। तख्त साहिब की राय है कि गुरु साहिब ने हिंदू और मुसलमाना तो अलग तीसरा पंथ खालसा सजाया है, जिसका प्रमाण गुरु साहिब की बाणी और गुरबिलास आदि पुस्तकों विच विस्थार नाल है। दस्खत महीन सिंह, रण सिंह, हरदित सिंह, लहना सिंह, दान सिंह, परदुमन सिंह, मताब सिंह, जोध सिंह, भाई भगत सिंह, भाई गुरबख्श सिंह। नंबर पंजवां चिट्ठी चीफ सकत्तर खालसा दीवान लाहौर दी। एक ओंकार श्री युत भाई कहन सिंह जी, श्री वाहिगुरु जी की फतेह। आप दी पत्रका हम हिंदू नहीं पुस्तक सहित पहुंची अते दीवान दी कमेटी विच पेश की गई अते आप दा पुस्तक पढ़िया गया। आप ए दरियाफ्त करते हो कि खालसा दीवान दी राय विच इस ग्रंथ विच कोई बात खालसा धर्म विरुद्धता नहीं लिखी गई, जिस दे उत्तर विच मैनू उक्त कमेटी वल्लों ए हदायत हुई है कि मैं आप नूं इतलाह दियां कि कमेटी दी राय विच इस ग्रंथ विच कोई लेख खालसा धर्म विरुद्ध नहीं, किंतु सब लेख खालसा धर्म अनुकूल हन। कमेटी ने इस ग्रंथ नूं बहुत विचार नाल देखिया है। इस ग्रंथ विच इह उत्मता देखी गई है कि बात बात पर श्री मुख वाक प्रमाण दिए गए हैं। खालसा पंथ के रचने का जो मुख सिद्धांत गुरु साहिबान का था कि खालसा धर्म और खालसा पंथ सब धर्मों और पंथों से भिन्न है और श्रेष्ठ है, सो भली प्रकार उत्तम रीति से आपने खोल कर लिख दिया है। आप दा शुभ चिंतक निक्का सिंह, जॉइंट चीफ सकत्तर खालसा दीवान। नंबर छेवां गुरपुर निवासी महाराजा साहिब नाभा ने श्री अमृतसर जी दे खालसे दी इस रसाले पर संमति मंगी, जिस पर सब शिरोमणी सिंघा ने 16 विसाख साल 1956 बिक्रमी नूं अग्गे लिखिया लेख महाराजा दे पेश किया। एक ओंकार सतगुर प्रसाद। श्री वाहिगुरु जी का खालसा, श्री वाहिगुरु जी की फतेह।
ਅਸੀਂ ਅਕਾਲ ਪੁਰਖ ਪਰਮੇਸ਼ਰ ਦਾ ਮਨੋ ਧਨੋ ਧੰਨਵਾਦ ਕਰਦੇ ਹਾਂ ਜਿਸ ਨੇ ਆਪਣੀ ਪਰਮ ਕਿਰਪਾਲਤਾ ਨਾਲ ਸਾਨੂੰ ਮਨੁੱਖ ਜਨਮ ਅਰ ਆਪਣਾ ਨਿੱਜ ਧਰਮ ਖਾਲਸਾ ਧਰਮ ਅਰ ਤੀਰਥ ਰਾਜ ਪਰਮ ਪਵਿੱਤਰ ਨਗਰ ਸ਼੍ਰੀ ਅੰਮ੍ਰਿਤਸਰ ਜੀ ਵਿੱਚ ਨਿਵਾਸ ਦਿੱਤਾ। ਅਸੀਂ ਉਸ ਦੀ ਹੋਰ ਵੀ ਕਿਰਪਾਲਤਾ ਇਹ ਸਮਝਦੇ ਹਾਂ ਜੋ ਉਸਨੇ ਸਾਨੂੰ ਨਿਆਇਕਾਰੀ ਨਿਰਪੱਖ ਸਰਕਾਰ ਕੇ ਰਾਜਮੇ ਜੀਵਨ ਦਿੱਤਾ ਜਿਸ ਕਰਕੇ ਅਸੀਂ ਸਵਤੰਤਰ ਸਵੈ ਧਰਮ ਦੀ ਚਰਚਾ ਕਰ ਸਕਦੇ ਹਾਂ ਅਰ ਪੰਥ ਮੇ ਸਰਬ ਪ੍ਰਕਾਰ ਕਰਕੇ ਪ੍ਰਧਾਨ ਸਭ ਕੇ ਮਾਨਯ ਅਤ ਵਿਦਵਾਨ ਧਰਮ ਕਾਰਜਾਂ ਮੇ ਜਿਨ੍ਹਾਂ ਕਾ ਧਿਆਨ ਬੜੇ ਕਦਰਦਾਨ ਕੀਰਤ ਗਏ ਗੁਣ ਗਏ ਗੁਣ ਗ੍ਰਾਹਕ ਨਿਰਪੱਖ ਅਰ ਨਿਆਇਕਾਰੀ ਨਿਜ ਇਸ਼ਟ ਮੇ ਨਿਸ਼ਠਾਵਾਨ ਗੁਰੂ ਭਗਤ ਮੇ ਅਨੁਰਕਤ ਆਪ ਜੈਸੇ ਮਹਾਰਾਜੇ ਦਿੱਤੇ। ਅਸੀਂ ਖੁਸ਼ਾਮਦ ਕਰਕੇ ਨਹੀਂ ਸੱਚ ਸੱਚ ਕਹਿੰਦੇ ਹਾਂ ਕਿ ਜੋ ਪੰਥ ਹਿਤੇਸ਼ੀ ਵਿਦਵਾਨ ਗੁਰਮੁਖ ਸਿੱਖ ਹਨ ਸੋ ਹਜ਼ੂਰ ਦਾ ਸਿਰ ਪਰ ਹੋਣਾ ਗਨੀਮਤ ਸਮਝਦੇ ਹਨ ਕਿਉਂਕਿ ਜਦ ਤੋੜੀ ਪੁਰਸ਼ ਦੇ ਸਿਰ ਪਰ ਕੁੱਲ ਕਾ ਰਾਜ ਕਾ ਗੁਰੂ ਕਾ ਅਤੇ ਪਰਮੇਸ਼ਵਰ ਕਾ ਭੈ ਰਹਿੰਦਾ ਹੈ ਤਦ ਤੋੜੀ ਹੀ ਉਹ ਮਰਿਆਦਾ ਮੇ ਚੱਲਦਾ ਹੈ ਜੋ ਸਰਬਥਾ ਸੁਖਦਾਇਕ ਹੁੰਦੀ ਹੈ। ਸ਼੍ਰੀ ਮਹਾਰਾਜਾ ਨੇ ਸ਼੍ਰੀ ਮੁਖ ਤੇ ਆਗਿਆ ਕੀਤੀ ਹੈ ਹਮ ਹਿੰਦੂ ਨਹੀਂ ਨਾਮੇ ਪੁਸਤਕ ਪਰ ਅਸੀਂ ਰਾਏ ਦੇਈਏ ਇਸ ਦੇ ਉੱਤਰ ਵਾਸਤੇ ਕਦਾਚਿਤ ਕੁਛ ਸਮਾਂ ਮਿਲ ਜਾਂਦਾ ਤਾਂ ਇੱਕ ਸੁੰਦਰ ਪੁਸਤਕ ਤਿਆਰ ਹੋ ਸਕਦਾ। ਸ਼ੀਘਰਤਾ ਨਾਲ ਉੱਤਰ ਦੇਣੇ ਮੇ ਅਵਸ਼ਯ ਕੁਛ ਨਾ ਕੁਛ ਕਠਿਨਾਈ ਪੈਂਦੀ ਹੈ ਅਰ ਧਰਮ ਚਰਚਾ ਦੇ ਪ੍ਰਸ਼ਨਾਂ ਦੇ ਉੱਤਰ ਪੱਖਪਾਤ ਤੇ ਰਹਿਤ ਯਥਾਵਤ ਹੋਣੇ ਉਚਿਤ ਹਨ। ਇਸ ਕਾਰਨ ਅਸੀਂ ਇਹ ਚੰਗਾ ਸਮਝਦੇ ਹਾਂ ਜੋ ਪ੍ਰਜਾ ਦਾ ਧਰਮ ਹੈ ਕਿ ਰਾਜਾ ਦੇ ਸਨਮੁਖ ਸੱਚ ਸੱਚ ਕਹਿ ਦੇਵੇ ਅਰ ਸੱਚੀਆਂ ਸੱਚੀਆਂ ਗਵਾਹੀਆਂ ਪੇਸ਼ ਕਰੇ ਅਰ ਨਿਆਏ ਕਰਨਾ ਰਾਜਾ ਦਾ ਧਰਮ ਹੁੰਦਾ ਹੈ ਸੋ ਰਾਜਾ ਉਹਨਾਂ ਵਾਦੀ ਪ੍ਰਤੀਵਾਦੀ ਅਰਥਾਤ ਮੁੱਦਈ ਮੁਦਾਲਾ ਅਰ ਗਵਾਹਾਂ ਦੇ ਕਥਨ ਪਰ ਵਿਚਾਰ ਕਰਕੇ ਫੈਸਲਾ ਕਰ ਦਿੰਦਾ ਹੈ। ਅਸੀਂ ਆਪਣੀ ਬੁੱਧੀ ਅਨੁਸਾਰ ਬਾਣੀਆਂ ਦੇ ਪ੍ਰਮਾਣ ਸ਼੍ਰੀ ਮਹਾਰਾਜ ਦੇ ਦ੍ਰਿਸ਼ਟੀਗੋਚਰ ਕਰਦੇ ਹਾਂ ਜਿਨ੍ਹਾਂ ਨਾਲ ਬਿਨਾਂ ਪੱਖਪਾਤ ਦੇ ਸਿੱਧ ਹੁੰਦਾ ਹੈ ਕਿ ਖਾਲਸਾ ਪੰਥ ਹਿੰਦੂ ਮੁਸਲਮਾਨ ਸੇ ਭਿੰਨ ਤੀਸਰਾ ਹੈ। ਪ੍ਰਮਾਣ ਇਹ ਹੈ ਨਾ ਹਮ ਹਿੰਦੂ ਨਾ ਮੁਸਲਮਾਨ ਹਿੰਦੂ ਮੂਲੇ ਭੂਏ ਅਖੋਟੀ ਜਾਹੀ ਨਾਰਦ ਕਹਿਆ ਸੀ ਪੂਜ ਕਰਾਹੀ ਹਮਰਾ ਝਗੜਾ ਰਹਾ ਨਾ ਕਉ ਪੰਡਿਤ ਮੁੱਲਾ ਛਾਡੇ ਦਉ ਪੰਡਿਤ ਮੁੱਲਾ ਜੋ ਲਿਖਦੀ ਆ ਛਾਡ ਚਲੇ ਹਮ ਕਛੂ ਨਾ ਲੀਆ ਹਿੰਦੂ ਅਨਕਾ ਤੁਰਕੂ ਕਾਣਾ ਦੂਹਾਂ ਤੇ ਗਿਆਨੀ ਸਿਆਣਾ ਹਿੰਦੂ ਪੂਜੇ ਦੇਹੁਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਹ ਦੇਹਰਾ ਨਾ ਮਸੀਤ ਅੱਲੈ ਏਕ ਮਸੀਤ ਬਸਤ ਹੈ ਅਵਰ ਮੁਲਖ ਕਿਸ ਕੇਰਾ ਹਿੰਦੂ ਮੂਰਤ ਨਾਮ ਨਿਵਾਸੀ ਦੁਹ ਮਹਿ ਤਤ ਨਾ ਹੇਰਾ ਕਬੀਰ ਬਾਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹੇ ਅਰਜ ਉਰਜ ਕੇ ਪਚ ਮੂਆ ਚਾਰੋ ਬੇਦੋ ਮਾਹੇ ਚਾਰ ਵਰਨ ਚਾਰ ਮਜ਼ਹਬਾ ਜਗ ਵਿੱਚ ਹਿੰਦੂ ਮੁਸਲਮਾਨੇ ਖੁਦੀ ਬਖੀਲ ਤਕਬਰੀ ਖਿੱਚੋ ਤਾਣ ਕਰੇਨ ਤਿੰਜਾਣੇ ਗੰਗ ਬਨਾਰਸ ਹਿੰਦੂਆ ਮੱਕਾ ਕਾਬਾ ਮੁਸਲਮਾਨੇ ਸੁੰਨਤ ਮੁਸਲਮਾਨ ਦੀ ਤਿਲਕ ਜੰਜੂ ਹਿੰਦੂ ਲੋਭਾਣੇ ਰਾਮ ਰਹੀਮ ਕਹਾਈਂਦੇ ਇੱਕ ਨਾਮ ਦੁਏ ਰਾਹ ਭੁਲਾਣੇ ਬੇਦ ਕਤੇਬ ਭੁਲਾਈ ਕੇ ਮੋਹੇ ਲਾਲਚ ਦੁਨੀ ਸਤਾਣੇ ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੌਲਾਣੇ ਸਿਰੋਂ ਨਾ ਮਿਟੇ ਆਵਣ ਜਾਣੇ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੀ ਮੁਸਲਮਾਨੋਈ ਬਾਬਾ ਆਖੇ ਹਾਜੀਆਂ ਸੁਭ ਅਮਲਾ ਬਾਜੋ ਦੋਨੋਂ ਰੋਈ ਹਿੰਦੂ ਮੁਸਲਮਾਨ ਦੁਏ ਦਰਗਹਿ ਅੰਦਰ ਲਹਿਣ ਨਾ ਢੋਈ ਰੋਜ਼ੇ ਜੁਮਹੈ ਮੋਮਨਾਨੇ ਬਾਕ ਬਾਜ਼ ਗਿਰਦਮੇ ਆਯੰਦ ਅਜ਼ ਬਹਿਰੇ ਨਮਾਜ਼ ਹਮਚੁਨਾ ਦਰ ਮਜ਼ਹਬੇ ਈ ਸਾਧ ਸੰਗ ਕਜ਼ ਮੁਹੱਬਤ ਬਾ ਖੁਦਾ ਦਾਰੰਦ ਰੰਗ ਗਿਰਦਮੇ ਆਯੰਦ ਦਰ ਮਾਹੇ ਦੁਬਾਰ ਬਹਿਰੇ ਜ਼ਿਕਰੇ ਖਾ ਸ਼ਾਏ ਪਰਵਰਦਿਗਾਰ ਏ ਦੋ ਮੋ ਬਾਦ ਮੋ ਪਚੇ ਇੰਤੇ ਨਾਥ ਨਿਰਾਲੇ ਬਚੇ ਇੱਕ ਤਸਬੀ ਇੱਕ ਮਾਲਾ ਧਰਹੀ ਏਕ ਕੁਰਾਨ ਪੁਰਾਨ ਉਛ ਰਹੀ
ਵਾਹਿਗੁਰੂ ਜੀ ਕਾ ਭਇਓ ਖਾਲਸਾ ਸੋ ਨੀਕਾ ਅਥ ਵਾਹਿਗੁਰੂ ਜੀ ਕੀ ਮਿਲ ਫਤਿਹ ਸੋ ਬੁਲਾਈ ਹੈ ਪੀਰ ਪਾਤਸ਼ਾਹ ਕਰਾ ਮਾਤੀ ਜੇ ਅਪਰ ਪੰਥ ਹਿੰਦੂ ਕੀ ਤੁਰਕ ਹੂੰ ਕੀ ਕਾਨ ਕੋ ਮਿਟਾਈ ਹੈ ਤੀਸਰਾ ਮਜ਼ਬ ਜਗ ਦੇਖੀ ਕੇ ਅਜਬ ਮਹਾ ਬੈਰੀ ਕੇ ਗਜਬ ਪਰਿਓ ਛੀਨੇ ਠਕੁਰਾਈ ਹੈ ਧਰਮ ਸਥਾਪਬੇ ਕੋ ਪਾਪਨ ਕੇ ਖਾਪਬੇ ਕੋ ਗੁਰੂ ਜਪ ਜਾਪਬੇ ਕੋ ਨਈ ਰੀਤਿਓ ਚਲਾਈ ਹੈ ਅੰਨੇ ਮਤ ਤੇ ਗੁਰਮਤ ਦਾ ਨਿਰਣਾ ਪਹਿਲਾ ਮੰਤਰ ਹਿੰਦੂਆਂ ਦਾ ਗਾਇਤਰੀ ਮੁਸਲਮਾਨਾਂ ਦਾ ਕਲਮਾ ਸਿੱਖਾਂ ਦਾ ਜਪੂ ਜੀ ਵਾ ਪਹਿਲੀ ਪੌੜੀ ਦੂਜਾ ਮੰਗਲਾਚਰਨ ਹਿੰਦੂਆਂ ਦਾ ਓਮ ਸ਼੍ਰੀ ਗਣੇਸ਼ ਨਵੇਂ ਆਦਿਕ ਮੁਸਲਮਾਨਾਂ ਦਾ ਬਿਸਮਿਲਾ ਆਦਿ ਸਿੱਖਾਂ ਦਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੀਜਾ ਮੁਲਾਕਾਤ ਵੇਲੇ ਹਿੰਦੂ ਰਾਮ ਰਾਮ ਨਮਸਤੇ ਆਦਿਕ ਮੁਸਲਮਾਨ ਸਲਾਮ ਔਰ ਸਿੱਖ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਹਨ ਚੌਥਾ ਧਰਮ ਦੇ ਪੁਸਤਕ ਹਿੰਦੂਆਂ ਦੇ ਵੇਦ ਮੁਸਲਮਾਨਾਂ ਦਾ ਕੁਰਾਨ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਪੰਜਵਾਂ ਤੀਰਥ ਹਿੰਦੂਆਂ ਦੇ ਗੰਗਾ ਗਯਾ ਪ੍ਰਯਾਗ ਆਦਿਕ ਮੁਸਲਮਾਨਾਂ ਦੇ ਮੱਕਾ ਮਦੀਨਾ ਸਿੱਖਾਂ ਦੇ ਸ਼੍ਰੀ ਅੰਮ੍ਰਿਤਸਰ ਅਬਚਲ ਨਗਰ ਆਦਿਕ ਔਰ ਸਭ ਤੋਂ ਮੁੱਖ ਵਾਹਿਗੁਰੂ ਦਾ ਨਾਮ ਛੇਵਾਂ ਮੰਦਰ ਹਿੰਦੂਆਂ ਦੇ ਠਾਕਰ ਦੁਆਰੇ ਸ਼ਿਵਾਲੇ ਆਦਿ ਮੁਸਲਮਾਨਾਂ ਦੀ ਮਸਜਿਦ ਸਿੱਖਾਂ ਦੇ ਗੁਰਦੁਆਰੇ ਧਰਮਸ਼ਾਲਾ ਸੱਤਵਾਂ ਪੂਜਨ ਦੀ ਦਿਸ਼ਾ ਹਿੰਦੂਆਂ ਦੇ ਪੂਰਬ ਮੁਸਲਮਾਨਾਂ ਦੀ ਪੱਛਮ ਸਿੱਖਾਂ ਵਾਸਤੇ ਚਾਰੋਂ ਦਿਸ਼ਾ ਇਕਸਾਰ ਅੱਠਵਾਂ ਸਨਾਨ ਦਾ ਵੇਲਾ ਹਿੰਦੂਆਂ ਦਾ ਸੂਰਯ ਚੜ੍ਹਨ ਵੇਲੇ ਮੁਸਲਮਾਨਾਂ ਦਾ ਵਜੂ ਨਿਮਾਜ਼ ਤੋਂ ਪਹਿਲਾਂ ਸਿੱਖਾਂ ਦਾ ਸਨਾਨ ਅੰਮ੍ਰਿਤ ਵੇਲੇ ਨੌਵਾਂ ਸੰਧਿਆ ਹਿੰਦੂਆਂ ਦੀ ਗਾਇਤਰੀ ਪੜ੍ਹ ਕੇ ਅਤੇ ਤਰਪਣ ਕਰਕੇ ਮੁਸਲਮਾਨਾਂ ਦੀ ਨਮਾਜ਼ ਪੜ੍ਹ ਕੇ ਸਿੱਖਾਂ ਦੀ ਜਪ ਜਾਪ ਰਹਿਰਾਸ ਔਰ ਸੋਹਿਲਾ ਪੜ੍ਹ ਕੇ ਦਸਵਾਂ ਸੰਸਕਾਰ ਹਿੰਦੂਆਂ ਦੇ ਜਨੇਊ ਮੁੰਡਨ ਆਦਿਕ ਮੁਸਲਮਾਨਾਂ ਦੇ ਸੁੰਨਤ ਸਿੱਖਾਂ ਦੇ ਅੰਮ੍ਰਿਤ ਛਕਣਾ ਗਿਆਰਵਾਂ ਚਿੰਨ ਹਿੰਦੂਆਂ ਦਾ ਸਿੱਖਾ ਤਿਲਕ ਮਾਲਾ ਜਨੇਊ ਧੋਤੀ ਮੁਸਲਮਾਨਾਂ ਦਾ ਸ਼ਰਈ ਮੁੱਛਾਂ ਤੰਬਾ ਆਦਿ ਸਿੱਖਾਂ ਦਾ ਕੇਸ ਕਿਰਪਾਨ ਕੱਚ ਆਦਿਕ ਬਾਰਵਾਂ ਪੂਜਯ ਹਿੰਦੂਆਂ ਦੇ ਬ੍ਰਾਹਮਣ ਸੰਨਿਆਸੀ ਮੁਸਲਮਾਨਾਂ ਦੇ ਸੱਯਦ ਮੌਲਵੀ ਸਿੱਖਾਂ ਦੇ ਗੁਰੂ ਖਾਲਸਾ ਤੇਰਵਾਂ ਵੱਡੇ ਦਿਨ ਹਿੰਦੂਆਂ ਦੇ ਜਨਮ ਅਸ਼ਟਮੀ ਰਾਮਨੌਮੀ ਆਦਿਕ ਮੁਸਲਮਾਨਾਂ ਦੇ ਈਦ ਬਕਰੀਦ ਆਦਿਕ ਸਿੱਖਾਂ ਦੇ ਗੁਰਪੁਰਬ ਚੌਦਵਾਂ ਭੇਟਾ ਪ੍ਰਸ਼ਾਦ ਹਿੰਦੂਆਂ ਦੇ ਚੂਰਮਾ ਲੱਡੂ ਫਲ ਆਦਿਕ ਮੁਸਲਮਾਨਾਂ ਦੇ ਦੁੰਬੇ ਬੱਕਰੇ ਆਦਿਕ ਦੀ ਕੁਰਬਾਨੀ ਸਿੱਖਾਂ ਦੇ ਕੜਾਹ ਪ੍ਰਸ਼ਾਦ ਲੇਖਕ ਸਤਿਗੁਰਾਂ ਦਾ ਦਾਸ ਸ਼੍ਰੀ ਅੰਮ੍ਰਿਤਸਰ ਜੀ ਦਾ ਖਾਲਸਾ ਦਸਖਤ ਸਭ ਮੁਖੀਏ ਸਿੰਘਾਂ ਦੇ ਪੰਥ ਭੂਸ਼ਣ ਪ੍ਰਤਿਸ਼ਠ ਗੁਣੀ ਗਿਆਨੀ ਸੰਤ ਮਹੰਤ ਆਦਿਕਾਂ ਦੀਆਂ ਹੋਰ ਅਨੇਕਾਂ ਚਿੱਠੀਆਂ ਇਸ ਪੁਸਤਕ ਦੀ ਤਾਇਦ ਵਿੱਚ ਜੋ ਮੇਰੇ ਪਾਸ ਆਈਆਂ ਹਨ ਉਹਨਾਂ ਦਾ ਇਸ ਜਗ੍ਹਾ ਲਿਖਣਾ ਪੁਸਤਕ ਦਾ ਵਿਸਥਾਰ ਕਰਨਾ ਹੈ ਔਰ ਨਾ ਕੁਛ ਲੋੜ ਜਾਪਦੀ ਹੈ ਕਿਉਂਕਿ ਇਹ ਪੁਸਤਕ ਉਹਨਾਂ ਨਿਯਮਾਂ ਨੂੰ ਲੈ ਕੇ ਲਿਖਿਆ ਗਿਆ ਹੈ ਜੋ ਧਰਮ ਦੀ ਨਿਉਂ ਹਨ ਔਰ ਜਿਨ੍ਹਾਂ ਦੇ ਮੰਨਣੋਂ ਕਿਸੇ ਸਿੱਖ ਨੂੰ ਵੀ ਇਨਕਾਰ ਨਹੀਂ ਹੋ ਸਕਦਾ ਔਰ ਇਸ ਬਾਤ ਨੂੰ ਕਲਗੀਧਰ ਦੇ ਸਪੁੱਤਰ ਨਿਰਸੰਦੇਹ ਜਾਣਦੇ ਹਨ ਕਿ ਅਸੀਂ ਹਿੰਦੂ ਨਹੀਂ ਪੰਥ ਦਾ ਸੇਵਕ ਕਾਨ ਸਿੰਘ ਹਿੰਦੂ ਅਤੇ ਸਿੱਖ ਦੇ ਪ੍ਰਸ਼ਨ ਉੱਤਰ ਹਿੰਦੂ ਬਹੁਤੇ ਸਿੱਖਾਂ ਤੋਂ ਸੁਣਿਆ ਜਾਂਦਾ ਹੈ ਕਿ ਸਿੱਖ ਹਿੰਦੂ ਨਹੀਂ ਪਰ ਮੇਰੀ ਸਮਝ ਵਿੱਚ ਇਹ ਸਿੱਖਾਂ ਦਾ ਗਿਆਨ ਹੈ ਕਿਉਂਕਿ ਸਿੱਖ ਹਿੰਦੂਆਂ ਵਿੱਚੋਂ ਨਿਕਲੇ ਹਨ ਹਿੰਦੂਆਂ ਨਾਲ ਖਾਣ ਪਾਨ ਹੈ ਹਿੰਦੂਆਂ ਨਾਲ ਸਾਕ ਨਾਤੇ ਹਨ ਔਰ ਹਿੰਦੂਆਂ ਦੇ ਵਸਨੀਕ ਹਨ ਫੇਰ ਸਿੱਖ ਅਹਿੰਦੂ ਕਿਸ ਤਰ੍ਹਾਂ ਹੋ ਸਕਦੇ ਹਨ ਜੇ ਆਪ ਹਿੰਦੂ ਪਦ ਦੇ ਫਾਰਸੀ ਅਰਥ ਸਮਝ ਕੇ ਹਿੰਦੂ ਕਹਾਉਣੋਂ ਗਿਲਾਨੀ ਕਰਦੇ ਹੋ ਤਾਂ ਵੀ ਆਪ ਦੀ ਭੁੱਲ ਹੈ ਕਿਉਂਕਿ ਹਿੰਦੂ ਪਦ ਸੰਸਕ੍ਰਿਤ ਹੈ ਔਰ ਇਸ ਦੇ ਅਰਥ ਦੁਸ਼ਟਾਂ ਨੂੰ ਜਿੱਤਣ ਵਾਲਾ ਔਰ ਬਹਾਦਰ ਹਨ ਔਰ ਹਿੰਦੂ ਪਦ ਇੰਦ ਅਤੇ ਸਿੰਧ ਤੋਂ ਬਣਿਆ ਪ੍ਰਤੀਤ ਹੁੰਦਾ ਹੈ ਸਿੱਖ ਇਹ ਗੱਲ ਕਿ ਅਸੀਂ ਹਿੰਦੂ ਨਹੀਂ ਸਿੱਖ ਆਪ ਦੀ ਹੀ ਕਿਰਪਾ ਕਰਕੇ ਆਖਦੇ ਹਨ
ਅਰ ਵਾਸਤਵ ਵਿਚਾਰ ਕਰੀਏ ਤਾਂ ਮਨ ਉਕਤ ਨਹੀਂ ਆਖਦੇ, ਸਗੋਂ ਸਤਿਗੁਰਾਂ ਦੀ ਆਗਿਆ ਅਨੁਸਾਰ ਕਹਿੰਦੇ ਔਰ ਮੰਨਦੇ ਹਨ। ਯਥਾ ਨਾ ਹਮ ਹਿੰਦੂ ਨਾ ਮੁਸਲਮਾਨ, ਹੋਰ ਫਕੜ ਹਿੰਦੂ ਮੁਸਲਮਾਨੇ। ਮੁਸਲਮਾਨਾਂ ਹਿੰਦੂਆਂ ਦੁਏ ਰਾਹ ਚਲਾਏ, ਰਾਮ ਰਹੀਮ ਧਿਆਇਂਦੇ ਹੋਮੇ ਗਰਬਾਏ, ਮੱਕਾ ਗੰਗ ਬਨਾਰਸੀ ਪੂਜ ਜਾਰਤ ਆਏ, ਰੋਜ਼ੇ ਵਰਤ ਨਮਾਜ਼ ਕਰ ਦੰਡੋਤ ਕਰਾਏ, ਗੁਰਸਿੱਖ ਰੋਮ ਨਾ ਪੂਜਨੀ ਜੋ ਆਪ ਗਵਾਏ। ਬਹੁ ਸੁੰਨੀ ਸ਼ੀਆ ਰਾਫਜ਼ੀ ਮਜ਼ਹਬ ਮਨ ਭਾਣੇ, ਈਸਾਈ ਮੁਸਾਈਆਂ ਹੋਮੇ ਹੈ ਰਾਣੇ, ਹੋਏ ਫਿਰੰਗੀ ਅਰਮਨੀ ਰੂਮੀ ਗਰਬਾਣੇ, ਗੁਰਸਿੱਖ ਰੋਮ ਨਾ ਪੂਜਨੀ ਗੁਰਹੱਟ ਵਿਕਾਣੇ। ਵੇਦ ਕਤੇਬ ਵਖਾਣ ਦੇ ਸੂਫੀ ਹਿੰਦ ਮੁਸਲਮਾਨਾ, ਕਲਮਾ ਸੁੰਨਤ ਸਿਦਕ ਧਰ ਪਾਏ ਜਨੇਊ ਤਿਲਕ ਸੁਖਾਣਾ, ਮੱਕਾ ਮੁਸਲਮਾਨ ਦਾ ਗੰਗ ਬਨਾਰਸ ਦਾ ਹਿੰਦੂ ਵਾਣਾ, ਰੋਜ਼ੇ ਰੱਖ ਨਿਮਾਜ਼ ਕਰ ਪੂਜਾ ਵਰਤ ਅੰਦਰ ਹੈ ਰਾਣਾ, ਚਾਰ ਚਾਰ ਮਜ਼ਹਬ ਵਰਨ ਛੇ ਘਰ ਗੁਰ ਉਪਦੇਸ਼ ਵਖਾਣਾ, ਖਿੰਜੋ ਤਾਣ ਕਰੇਨ ਤਿੰਜਾਣਾ। ਅਮਲੀ ਖਾਸੇ ਮਜਲਸੀ ਪਿਰਮ ਪਿਆਲਾ ਅਲਖ ਲਖਾਇਆ, ਮਾਲਾ ਤਸਬੀ ਤੋੜੀ ਕੈ ਜਿਉਂ ਸੋ ਤਿਵੇ ਅਠੋਤਰ ਲਾਇਆ, ਮੇਰ ਇਮਾਮ ਰਲਾਏ ਕੈ ਰਾਮ ਰਹੀਮ ਨਾ ਨਾਉ ਗਣਾਇਆ, ਦੁਏ ਮਿਲ ਇੱਕ ਵਜੂਦ ਹੋਏ ਚੌਪੜ ਸਾਰੀ ਜੋੜ ਜੁੜਾਇਆ, ਗੁਰੂ ਗੋਬਿੰਦ ਖੁਦਾਏ ਪੀਰ ਗੁਰਸਿੱਖ ਪੀਰ ਮੁਰੀਦ ਲਖਾਇਆ, ਸੱਚ ਸ਼ਬਦ ਪ੍ਰਗਾਸ ਕਰ ਸ਼ਬਦ ਸੂਰਤ ਸੱਚ ਸੱਚ ਮਿਲਾਇਆ, ਸੱਚਾ ਪਾਤਸ਼ਾਹੋ ਸੱਚ ਪਾਇਆ। ਭਾਈ ਮਨੀ ਸਿੰਘ ਗਿਆਨ ਰਤਨਾਵਲੀ ਵਿੱਚ ਲਿਖਦੇ ਹਨ, ਬਾਬੇ ਨੂੰ ਹਾਜੀਆਂ ਨੇ ਪੁੱਛਿਆ, ਹੇ ਫਕੀਰ ਤੂੰ ਹਿੰਦੂ ਹੈ ਕਿ ਮੁਸਲਮਾਨ? ਤਾਂ ਬਾਬਾ ਬੋਲਿਆ, ਮੈਂ ਹਿੰਦੂ ਮੁਸਲਮਾਨ ਦੋਹਾਂ ਦਾ ਗਵਾਹ ਹਾਂ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਖਾਲਸੇ ਦਾ ਲੱਛਣ ਕਥਨ ਕਰਦੇ ਹਨ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੇਕ ਨਾ ਆਨੇ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੇ, ਤੀਰਥ ਦਾਨ ਦਇਆ ਤਪੋ ਸੰਜਮ, ਏਕ ਬਿਨਾ ਨਹਿ ਏਕ ਪਛਾਨੇ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸਾ ਤਾਹੇ ਨਖਾਲਸ ਜਾਨੇ। ਖਾਲਸਾ ਹਿੰਦੂ ਮੁਸਲਮਾਨ ਤੇ ਨਿਆਰਾ ਰਹੇ, ਖਾਲਸਾ ਹਿੰਦੂ ਮੁਸਲਮਾਨ ਕੀ ਕਾਣ ਕੋ ਮੇਟੇ, ਦੋ ਤੇ ਤੀਨ ਪੰਥ ਕਰ ਲੇਹੇ, ਲੈ ਆਇਸ ਗੁਰੂਦੇਵ ਕੀ ਸ਼੍ਰੀ ਖਾਲਸ ਮਹਾਰਾਜ, ਪ੍ਰਗਟ ਕਰਿਓ ਜਗ ਖਾਲਸਾ ਹਿੰਦੂ ਤੁਰਕ ਸਿਰਤਾਜ, ਝੂਠ ਪੰਥ ਸਭ ਤਿਆਗ ਕੇ ਏਕ ਪੰਥ ਦ੍ਰਿੜਕੀਨ, ਪਰਮ ਜੋਤ ਸ਼੍ਰੀ ਸਤਿਗੁਰ ਜਿਉ ਸ਼੍ਰੀ ਮੁਖ ਕਹਿ ਦੀਨ। ਪੁੰਨ ਹਿੰਦੂ ਤੁਰਕਣ ਤੇ ਨਿਆਰਾ, ਰਚੋ ਪੰਥ ਯੈ ਬਲੀ ਅਪਾਰਾ, ਪੂਰਬ ਹਿੰਦੂ ਤੁਰਕ ਹੈ ਦੋਏ, ਅਬ ਤੇ ਤੀਨ ਜਾਨੀਏ ਹੋਏ। ਇਸੇ ਪ੍ਰਸੰਗ ਦੀ ਪੁਸ਼ਟੀ ਵਾਸਤੇ ਦੇਖੋ ਪੰਥ ਪ੍ਰਕਾਸ਼ ਵਿੱਚੋਂ ਇਤਿਹਾਸਕ ਪ੍ਰਸੰਗ, ਹਿੰਦੂ ਤੁਰਕਣ ਤੇ ਹੈ ਨਿਆਰਾ, ਫਿਰਕਾ ਇਨਕਾ ਅਪਰ ਅਪਾਰਾ, ਬਿਆਏ ਨਕਾ ਨਾ ਇਹ ਕਰੇ ਹੈ, ਭੁਗਤ ਆਨੰਦ ਆਨੰਦ ਪੜੇ ਹੈ। ਸਿੰਘ ਸਿੰਘਣੀ ਜੋ ਮਰ ਜੇਹੇ, ਬਾਂਟਤ ਹਲਵਾ ਤੁਰਤ ਬਨੇ ਹੈ, ਕਿਰਿਆ ਕਰਮ ਕਰਾਵਤ ਨਾਹੀ, ਹੱਡੀ ਪਾਏ ਨਾ ਗੰਗਾ ਮਾਹੀ, ਕਰਤ ਦਸਹਿਰਾ ਗ੍ਰੰਥ ਪੜਾਵਤ, ਅਸਨ ਬਸਨ ਗਰੀਬਨ ਕੋ ਦਿਆਵਤ, ਕੰਠੀ ਜੰਜੂ ਤਿਲਕ ਨਾ ਧਰਹੇ, ਬੁੱਤ ਪਰਸਤੀ ਕਦੇ ਨਾ ਕਰਹੇ, ਏਕ ਰੱਬ ਕੀ ਕਰਤ ਬੰਦਗੀ, ਰਕਤ ਨਾ ਔਰਨ ਕੀ ਮੁਛੰਦਗੀ, ਵੇਦ ਪੁਰਾਨ ਕਤੇਬ ਕੁਰਾਨ, ਪੜਤ ਸੁਣਤ ਨਹਿ ਮਾਨਤ ਕਾਨ, ਗੁਰੂ ਨਾਨਕ ਜੋ ਕਥੀ ਕਲਾਮ, ਤਾ ਪਰ ਰਕਤ ਇਨਾਮ ਤਮਾਮ, ਇੱਕ ਹੀ ਬਰਤਨ ਮੇ ਸਭ ਕਾਹੂ, ਆਬਯ ਯਾਤ ਪਿਲਾਵਤ ਤਾਹੂ, ਖਾਣਾ ਵੀ ਇਕੱਠੇ ਸਭ ਖੈ ਹੈ, ਸਕੇ ਬੀਰ ਆਪਸ ਮੇ ਵੇ ਹੈ, ਜਾਤ ਗੋਤ ਕੁਲ ਕਿਰਿਆ ਨਾਮ, ਕਰਮ ਧਰਮ ਪਿਤ ਮਾਤਾ ਕਾਮ, ਪਿਛਲੇ ਸੋ ਤਜ ਦੇਤ ਤਮਾਮ, ਬਲਕ ਜੋ ਦੀਨ ਹਮਾਰੇ ਆਵੇ, ਮੌਕਾ ਪਾ ਫਿਰ ਈਨ ਮੈਂ ਜਾਵੇ, ਤਿਸਕੋ ਬੀ ਇਹ ਸੁਧਾ ਛਕਾਏ, ਲੇਤ ਮਜ਼ਬ ਮੇ ਤੁਰਤ ਮਿਲਾਏ, ਤਤ ਖਾਲਸਾ ਗੁਰ ਕਾ ਜਾਹਰ, ਕਹਿਤ ਚੁਰਾਸੀ ਤੇ ਹੈ ਬਾਹਰ,
ਹਿੰਦੂ ਅੰਨੇ ਤੁਰਕੂ ਕਾਣੇ ਸਿੰਘ ਗੁਰੂ ਕੇ ਸਭ ਤੋਂ ਸਿਆਣੇ ਮੁਸਲਮਾਨ ਹਿੰਦੂਨ ਤੇ ਨਿਆਰੀ ਰੀਤ ਇਨੋਮੇ ਹੈ ਪਲ ਸਾਰੀ ਪ੍ਰੇਮ ਪੀੜ ਗ੍ਰਹਿ ਪੀੜ ਨਾ ਮਾਨਤ ਮੜੀ ਮਸਾਣੀ ਕੋ ਨਾ ਪਛਾਣਤ ਗੰਗਾ ਦੀਕ ਤੀਰਥ ਨਹਿ ਜਾਵੇ ਸੂਤਕ ਪਾਤਕ ਨਾਹੇ ਮਨਾਵੇ ਜੰਜੂ ਤਿਲਕ ਨਾ ਛਾਪਾ ਧਾਰੇ ਸ਼ਰਾ ਹਿੰਦੂਆਂ ਕੀ ਨਹਿ ਪਾਰੇ ਬੋਧੀ ਧੋਤੀ ਤੁਲਸੀ ਮਾਲੇ ਹੋਮ ਸ਼ਰਾਧ ਨਾ ਖੇਆ ਸੰਭਾਲੇ ਮਾਨਤ ਹੈ ਨਿਜ ਮਜ਼ਬ ਚੰਗੇਰਾ ਹਿੰਦੂ ਕਹੇ ਤੇ ਖਿਜਤ ਵਧੇਰਾ ਰੀਤ ਹਿੰਦੂਆਂ ਵਾਰੀ ਜੇਤੀ ਤਜ ਰਾਖੀ ਇਨ ਸਭ ਬਿਧ ਤੇਤੀ ਬਨੇ ਰਹਿਤ ਸਭ ਸਕੇ ਬਰਾਦਰ ਇੱਕ ਕੋ ਦੂਸਰ ਦੇਵਤ ਆਦਰ ਹੈ ਇਨਮੇ ਇਤਫਾਕ ਮਹਾਨ ਸਿੱਖ ਸਿੱਖ ਪੇ ਵਾਰਤ ਪ੍ਰਾਨ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੱਖਣ ਨੂੰ ਜਾਂਦੇ ਹੋਏ ਜਦ ਪੁਸ਼ਕਰ ਪਰ ਪਹੁੰਚੇ ਤਾਂ ਉੱਥੋਂ ਦੇ ਲੋਕਾਂ ਨਾਲ ਜੋ ਪ੍ਰਸ਼ਨ ਉੱਤਰ ਹੋਇਆ ਉਹ ਸੂਰਜ ਪ੍ਰਕਾਸ਼ ਵਿੱਚ ਇਸ ਤਰ੍ਹਾਂ ਹੈ। ਬਿੱਪਰ ਬਨਕ ਤੇ ਆਦਿਕ ਜਾਲ ਚਲ ਆਏ ਚੇਤਨ ਦਿਜ ਨਾਲ ਕਰ ਕਰ ਨਮੋ ਪਰਵਾਰਿਤ ਬੇਸੇ ਕੌਣ ਜਾਤ ਬੂਜਤ ਪੇ ਐਸੇ ਸੰਗ ਆਪਕੇ ਕੇਸਨ ਧਾਰੀ ਕਿਆ ਇਨ ਕੀ ਦਹਿ ਜਾਤ ਉਚਾਰੀ ਬੂਜਤ ਹੈ ਲਖ ਬੇਸ ਨਵੀਨਾ ਹਿੰਦੂ ਤੁਰਕ ਇਮਕਿਨ ਹੋਣਾ ਕੀਨਾ ਸੁਨ ਕਰ ਗੁਰ ਫਰਮਾਨ ਕੀਆ ਭਇਓ ਖਾਲਸਾ ਜਗ ਮੈਂ ਤੀਆ ਹਿੰਦੂ ਤੁਰਕ ਦੁਹਿਨ ਤੇ ਨਿਆਰੋ ਸ਼੍ਰੀ ਅਕਾਲ ਕੇ ਦਾਸ ਵਿਚਾਰੋ। ਬਾਦਸ਼ਾਹ ਬਹਾਦਰ ਸ਼ਾਹ ਨਾਲ ਜਦੋਂ ਕਲਗੀਧਰ ਸਵਾਮੀ ਦੀ ਮੁਲਾਕਾਤ ਹੋਈ ਤਾਂ ਇਸ ਤਰ੍ਹਾਂ ਬਚਨ ਬਿਲਾਸ ਹੋਏ। ਰਾਹ ਦੋਏ ਕੋ ਤੁਮਕੋ ਪਾਇਓ ਕਿਸ ਮਗ ਕੋ ਇਤਕਾਦ ਰਖੰਤੇ ਹਿੰਦੂ ਕੀ ਤੁਰਕ ਯਥਾ ਬਰਤੰਤੇ ਸੁਨ ਸਾਹਿਬ ਸ਼੍ਰੀ ਮੁਖ ਫਰਮਾਏ ਹਿੰਦੂ ਤੁਰਕ ਚਲਤ ਜਿਸ ਪਾਏ ਖੈਰ ਖਾ ਹਮ ਦੋਨੋ ਕੇਰ ਦੇ ਉਪਦੇਸ਼ ਯਥਾ ਇਤਹੇਰ ਰੋਜ਼ਾ ਬਾਂਗ ਨਮਾਜ਼ ਸੁਜਾਨ ਮੁਸਲਮਾਨ ਇਨ ਕਰਹਿ ਪ੍ਰਮਾਨ ਤ੍ਰੈ ਸੰਧਿਆ ਕਰਨੀ ਤਰਪਰੀਤ ਦੇਵਲ ਪਾਹਨ ਪੂਜਨ ਰੀਤ ਇਤਿਆਦਿਕ ਹਿੰਦੂਨ ਪਰਵਾਨ ਹਮ ਦੋਨੋ ਕੀ ਜਾਨ ਸਮਾਨ ਤਿਆਗਨ ਕਰੇ ਭਾਵ ਲਖ ਬੀਜਾ ਉਤਪਤ ਕਰਿਓ ਖਾਲਸਾ ਤੀਜਾ ਬਾਦ ਪੱਖ ਕੋ ਸਕਲ ਬਿਨਾਸਾ ਧਰੀ ਅਕਾਲ ਪੂਰਖ ਕੀ ਆਸਾ। ਕੇਵਲ ਖੰਡਾ ਅੰਮ੍ਰਿਤਧਾਰੀ ਸਿੰਘ ਹੀ ਹਿੰਦੂ ਆਦਿਕ ਤੋਂ ਅਲੱਗ ਨਹੀਂ ਹੋਏ ਬਲਕਿ ਸਹਿਜਧਾਰੀ ਸਿੱਖਾਂ ਦੇ ਪ੍ਰਸੰਗ ਦੱਸਦੇ ਹਨ ਕਿ ਉਹ ਆਦਿ ਤੋਂ ਹੀ ਅਨਿਯਮਤ ਰੀਤੀਆਂ ਦੇ ਤਿਆਗੀ ਹੋ ਕੇ ਗੁਰਮਤ ਨਾਲ ਪ੍ਰੇਮ ਕਰਦੇ ਰਹੇ ਹਨ। ਇਸ ਵਿਸ਼ੇ ਦੇਖੋ ਭਾਈ ਗੁਰਦਾਸ ਜੀ ਦੀ 11ਵੀਂ ਵਾਰ ਦਾ ਟੀਕਾ ਭਗਤ ਰਤਨਾਵਲੀ ਭਾਈ ਮਨੀ ਸਿੰਘ ਜੀ ਕ੍ਰਿਤ। ਭਾਈ ਢੇਸੀ ਤੇ ਭਾਈ ਜੋਧ ਜਾਤ ਦੇ ਸੰਗਰ ਬ੍ਰਾਹਮਣ ਗੁਰੂ ਅਰਜਨ ਜੀ ਦੀ ਸ਼ਰਨ ਆਏ ਤੇ ਉਹਨਾਂ ਅਰਦਾਸ ਕੀਤੀ ਜੀ ਸੱਚੇ ਬਾਦਸ਼ਾਹ ਸਾਨੂੰ ਪੰਡਿਤ ਲੋਕ ਪੰਗਤ ਵਿੱਚ ਬਹਿਣ ਨਹੀਂ ਦਿੰਦੇ ਜੋ ਤੁਸੀਂ ਬ੍ਰਾਹਮਣ ਜਗਤ ਗੁਰੂ ਹੋਏ ਕੇ ਖੱਤਰੀ ਦੇ ਸਿੱਖ ਹੋਏ ਹੋ ਵੇਦਾਂ ਦੀ ਬ੍ਰਹਮ ਬਾਣੀ ਤਿਆਗ ਕੇ ਭਾਖਾ ਬਾਣੀ ਗੁਰੂ ਕੇ ਸ਼ਬਦ ਗਾਉਂਦੇ ਹੋ ਜਨਮ ਅਸ਼ਟਵੀ ਸ਼ਿਵਰਾਤਰੀ ਤੇ ਇਕਾਦਸੀ ਤਿਆਗ ਕੇ ਸਿੱਖਾਂ ਦਾ ਉਚਿਸ਼ਟ ਅੰਨ ਭੋਜਨ ਕਰਦੇ ਹੋ ਤੇ ਗਾਇਤਰੀ ਤਰਪਣ ਸੰਧਿਆ ਪਿੰਡ ਪੱਤਲ ਜਨਮ ਮਰਨ ਦੀ ਕਿਰਿਆ ਤਿਆਗ ਕੇ ਅਰਦਾਸ ਤੇ ਕੜਾਹ ਮ੍ਰਿਤਕ ਤੇ ਖਾਂਵਦੇ ਹੋ ਅਸੀਂ ਤੇਰੀ ਸ਼ਰਨ ਆਏ ਹਾਂ ਸਾਡਾ ਤੁਸਾਂ ਉਧਾਰ ਕੀਤਾ ਹੈ ਜੋ ਬ੍ਰਾਹਮਣ ਦਾ ਅਭਿਮਾਨ ਅਸਾਂ ਦਾ ਦੂਰ ਹੋਇਆ ਹੈ ਤੇ ਮਹਾਰਾਜ ਦਾ ਨਾਮ ਸਾਨੂੰ ਪ੍ਰਾਪਤ ਹੋਇਆ ਹੈ। ਇਸੇ ਪ੍ਰਸੰਗ ਦੀ ਪੁਸ਼ਟੀ ਵਿੱਚ ਭਗਤ ਰਤਨਾਵਲੀ ਦਾ ਹੋਰ ਪ੍ਰਸੰਗ ਸਿੱਖਾਂ ਅਰਦਾਸ ਕੀਤੀ ਜੀ ਸੱਚੇ ਬਾਦਸ਼ਾਹ ਕਸ਼ਮੀਰ ਵਿੱਚ ਜੋ ਪੰਡਿਤ ਹੁੰਦੇ ਹਨ ਸੋ ਗੁਰੂ ਕੀ ਬਾਣੀ ਸਿੱਖਾਂ ਨੂੰ ਪੜ੍ਹਨ ਨਹੀਂ ਦਿੰਦੇ ਕਹਿੰਦੇ ਹਨ ਜੋ ਸੰਸਕ੍ਰਿਤ ਦੇਵ ਬਾਣੀ ਹੈ ਤੇ ਭਾਖਾ ਮਨੁੱਖ ਬਾਣੀ ਹੈ ਤੇ ਤੁਸਾਂ ਨਿਤ ਨਿਮਿਤ ਕਰਮ ਛੱਡ ਦਿੱਤੇ ਹੈ ਅਸੀਂ ਤੁਹਾਡੇ ਨਾਲ ਵਰਤਨ ਨਹੀਂ ਕਰਦੇ ਤਾਂ ਮਾਧੋ ਸੋਢੀ ਨੂੰ ਆਗਿਆ ਹੋਈ ਜੋ ਤੇਰੇ ਬਚਨਾਂ ਵਿੱਚ ਮੈਂ ਬਲ ਪਾਇਆ ਹੈ ਜਾਏ ਕਿ ਕਸ਼ਮੀਰ ਵਿੱਚ ਗੁਰਸਿੱਖੀ ਦੀ ਰੀਤ ਚਲਾ। ਇੱਕ ਜ਼ਰੂਰੀ ਫੁੱਟਨੋਟ ਸਹਿਜਧਾਰੀ ਦਾ ਅਰਥ ਹੈ ਸਨੇ ਸਨੇ ਖਾਲਸਾ ਰਹਿਤ ਨੂੰ ਧਾਰਨ ਵਾਲਾ ਇਹ ਪਦ ਖੰਡੇ ਦੇ ਅੰਮ੍ਰਿਤ ਤੋਂ ਪਹਿਲਾਂ ਵਰਤਨ ਵਿੱਚ ਨਹੀਂ ਆਉਂਦਾ ਸੀ। ਸ਼੍ਰੀ ਕਲਗੀਧਰ ਦੇ ਹਜ਼ੂਰ
ਜਿਨ੍ਹਾਂ ਸਿੱਖਾਂ ਨੇ ਸਨੇ ਸਨੇ ਪੂਰਨ ਰਹਿਤ ਧਾਰਨ ਦਾ ਬਚਨ ਦਿੱਤਾ ਔਰ ਜਿਨ੍ਹਾਂ ਨੇ ਖਾਲਸਾ ਰਹਿਤ ਕਠਿਨ ਜਾਣ ਕੇ ਸਹਿਜ ਰਹਿਤ ਸਿੱਖੀ ਦੀ ਧਾਰਨੀ ਕਰੀ ਉਹ ਸਹਿਜਧਾਰੀ ਸਿੱਖ ਬੁਲਾਏ ਜਾਣ ਲੱਗ ਪਏ। ਸਹਿਜਧਾਰੀ ਸ਼੍ਰੇਣੀ ਵਿੱਚ ਸਿੱਖ ਧਰਮ ਦੇ ਜਗਿਆਸੂ ਸੰਸਾਰ ਦੇ ਮਨੁੱਖ ਮਾਤਰ ਗਿਣੇ ਜਾਂਦੇ ਹਨ। ਕਿਸੇ ਖਾਸ ਜਾਤੀ ਦੇ ਜੀਵਾਂ ਦਾ ਨਾਂ ਸਹਿਜਧਾਰੀ ਨਹੀਂ ਹੈ। ਸਿੱਖ ਧਰਮ ਅਨੁਸਾਰ ਕੋਈ ਜਾਤ ਨਹੀਂ, ਇਹ ਕੇਵਲ ਪੰਡਤਾਂ ਦੀ ਹੀ ਕਲਪਨਾ ਹੈ। ਇਸ ਉਪਦੇਸ਼ ਵਿੱਚ ਬਹੁਤ ਐਸੇ ਨਿਯਮ ਹਨ ਜਿਨ੍ਹਾਂ ਨੂੰ ਸੰਸਾਰ ਮਾਤਰ ਦੇ ਅਨੇਕ ਧਰਮੀ ਮੰਨਦੇ ਹਨ ਔਰ ਜਿਨ੍ਹਾਂ ਨੂੰ ਅਸੀਂ ਸਧਾਰਨ ਧਰਮ ਦੇ ਨਿਯਮ ਆਖ ਸਕਦੇ ਹਾਂ, ਪਰ ਜੋ ਨਿਯਮ ਖਾਸ ਕਰਕੇ ਖਾਲਸਾ ਧਰਮ ਨਾਲ ਹੀ ਸੰਬੰਧ ਰੱਖਦੇ ਹਨ ਉਹਨਾਂ ਨੂੰ ਵਿਚਾਰ ਕੇ ਆਪ ਨਿਸ਼ਚਾ ਕਰ ਸਕਦੇ ਹੋ ਕਿ ਖਾਲਸਾ ਧਰਮ ਭਿੰਨ ਹੈ। ਫੁੱਟਨੋਟ ਸਮਾਪਤ ਹੁੰਦਾ ਹੈ। ਅੰਮ੍ਰਿਤ ਛਕਣ ਵੇਲੇ ਜੋ ਉਪਦੇਸ਼ ਦਿੱਤਾ ਜਾਂਦਾ ਹੈ ਉਸ ਨੂੰ ਵਿਚਾਰ ਕੇ ਵੀ ਆਪ ਦੇਖ ਸਕਦੇ ਹੋ ਕਿ ਖਾਲਸਾ ਹਿੰਦੂ ਆਦਿ ਧਰਮਾਂ ਤੋਂ ਭਿੰਨ ਹੈ। ਯਥਾ ਵਿਧੀ ਵਾਕਯ ਪਹਿਲਾ, ਅੱਜ ਤੁਹਾਡਾ ਜਨਮ ਸਤਿਗੁਰੂ ਦੇ ਘਰ ਹੋਇਆ ਹੈ। ਪਿਛਲੀ ਜਾਤ ਪਾਤ ਵਰਣ ਗੋਤ ਔਰ ਮਜ਼ਹਬ ਆਦਿਕ ਸਭ ਮਿਟ ਗਏ ਹਨ। ਇਸ ਵਾਸਤੇ ਆਪਣਾ ਪਿਤਾ ਗੁਰੂ ਗੋਬਿੰਦ ਸਿੰਘ ਔਰ ਮਾਤਾ ਸਾਹਿਬ ਕੌਰ ਮੰਨ ਕੇ ਜਨਮ ਪਟਨੇ ਦਾ ਔਰ ਵਾਸੀ ਆਨੰਦਪੁਰ ਦੀ ਜਾਣਨੀ। ਦੂਜਾ, ਅੰਮ੍ਰਿਤ ਵੇਲੇ ਨਿੱਤ ਸਨਾਨ ਕਰਨਾ ਔਰ ਕਿਰਿਆ ਅਤਿ ਸਵੱਛ ਰੱਖਣੀ। ਤੀਜਾ, ਜਪ ਜਾਪ ਸਵੱਈਏ ਚੌਪਈ ਆਨੰਦ ਰਹਿਰਾਸ ਔਰ ਸੋਹਿਲੇ ਦਾ ਨੇਮ ਔਰ ਪ੍ਰੇਮ ਸਾਥ ਪਾਠ ਕਰਨਾ। ਚੌਥਾ, ਕੇਸ ਕਿਰਪਾਨ ਕੱਚ ਕੰਘਾ ਔਰ ਕੜਾ ਇਹਨਾਂ ਪੰਜ ਕੱਕਿਆਂ ਦੀ ਰਹਿਤ ਰੱਖਣੀ। ਪੰਜਵਾਂ, ਸਤਿਗੁਰੂ ਦੇ ਪੁੱਤਰ ਹੋਣ ਕਰਕੇ ਆਪ ਸਭ ਸਕੇ ਭਾਈ ਹੋ, ਇਸ ਲਈ ਖਾਣ ਪਾਨ ਬਰਤਨ ਵਿਵਹਾਰ ਆਦਿਕ ਦਾ ਵਰਤਾਓ ਆਪਸ ਵਿੱਚ ਭਾਈਆਂ ਜਿਹਾ ਕਰਨਾ। ਛੇਵਾਂ, ਦਸ ਸਤਿਗੁਰਾਂ ਨੂੰ ਇੱਕ ਰੂਪ ਜਾਣਨਾ ਔਰ ਉਹਨਾਂ ਦਾ ਉਪਦੇਸ਼ ਰੂਪ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਔਰ ਖਾਲਸੇ ਨੂੰ ਗੁਰੂ ਦਾ ਸਰੂਪ ਜਾਣ ਕੇ ਮਨੋ ਤਨੋ ਸੇਵਾ ਕਰਨੀ ਔਰ ਆਗਿਆ ਪਾਲਣੀ। ਸੱਤਵਾਂ, ਧਰਮ ਕਿਰਤ ਕਰਕੇ ਨਿਰਬਾਹ ਕਰਨਾ। ਅੱਠਵਾਂ, ਆਪਣੀ ਕਮਾਈ ਵਿੱਚੋਂ ਦਸਵਾਂ ਹਿੱਸਾ ਗੁਰੂ ਅਰਥ ਕੱਢ ਕੇ ਪੰਥ ਦੀ ਉੱਨਤੀ ਵਾਸਤੇ ਪੰਥ ਦੀ ਸੇਵਾ ਵਿੱਚ ਅਰਪਣ ਕਰਨਾ। ਨੌਵਾਂ, ਪੰਥ ਦੇ ਕੰਮ ਨੂੰ ਆਪਣਾ ਕੰਮ ਜਾਣ ਕੇ ਤਨ ਮਨ ਔਰ ਧਨ ਕਰਕੇ ਸਿਰੇ ਚੜ੍ਹਾਉਣ ਦਾ ਯਤਨ ਕਰਨਾ। ਦਸਵਾਂ, ਪਰਉਪਕਾਰ ਨੂੰ ਮਨੁੱਖ ਦੇ ਔਰ ਸਿੱਖ ਧਰਮ ਦਾ ਪਰਮ ਕਰਤਵ ਸਮਝਣਾ। ਗਿਆਰਵਾਂ, ਵਿੱਦਿਆ ਦਾ ਅਭਿਆਸ ਕਰਨਾ, ਖਾਸ ਕਰਕੇ ਗੁਰਮੁਖੀ ਔਰ ਖਾਲਸਾ ਧਰਮ ਪੁਸਤਕਾਂ ਦੇ ਪੂਰੇ ਗਿਆਤਾ ਹੋਣਾ ਔਰ ਸ਼ਸਤਰ ਵਿੱਦਿਆ ਵ ਘੋੜੇ ਦੀ ਸਵਾਰੀ ਦੇ ਪੂਰੇ ਅਭਿਆਸੀ ਬਣਨਾ। ਬਾਰਵਾਂ, ਮਨ ਨੀਵਾਂ ਮਤ ਉੱਚੀ ਰੱਖਣੀ। ਤੇਰਵਾਂ, ਦਸਤਾਰਾਂ ਕੌਮੀ ਚਿੰਨ੍ਹ ਤੇ ਕੇਸਾਂ ਦਾ ਰੱਖਕ ਸਮਝ ਕੇ ਸੀਸ ਪਰ ਸਜਾਉਣਾ। ਚੌਦਵਾਂ, ਗੁਰਮੁਖਾਂ ਦਾ ਸਤਸੰਗ ਕਰਨਾ। ਪੰਦਰਵਾਂ, ਮਰਨੇ ਪਰਨੇ ਆਦਿਕ ਸਾਰੇ ਸੰਸਾਰਕ ਗੁਰਮਤ ਅਨੁਸਾਰ ਕਰਨੇ। ਸੋਲਵਾਂ, ਗੁਰਮਤ ਦੇ ਪ੍ਰਚਾਰ ਦਾ ਪੂਰਾ ਯਤਨ ਕਰਨਾ। ਸਤਾਰਵਾਂ, ਗੁਰਪੁਰਬਾਂ ਵਿੱਚ ਜੋੜ ਮੇਲ ਉਤਸਵ ਔਰ ਕਥਾ ਕੀਰਤਨ ਕਰਨਾ। ਅਠਾਰਵਾਂ, ਆਪਣੇ ਮਾਲਕ ਦੇ ਪੱਕੇ ਨਮਕ ਹਲਾਲ ਰਹਿਣਾ। ਉੱਨੀਵਾਂ, ਖਾਲਸਾ ਧਰਮ ਦੇ ਨਿਯਮਾਂ ਅਨੁਸਾਰ ਜਥੇਬੰਦੀ ਦੇ ਗੂੜ ਮੰਤਵ ਦੇ ਲਾਭ ਸਮਝ ਕੇ ਇੱਕ ਸੂਤ ਵਿੱਚ ਪਰੋਏ ਰਹਿਣਾ। ਵੀਹਵਾਂ, ਲੜਕੀਆਂ ਨੂੰ ਅਣਵਿਧ ਰੱਖਣਾ ਔਰ ਉਹਨਾਂ ਨੂੰ ਪੁੱਤਾਂ ਜਿਹਾ ਜਾਣ ਕੇ ਵਿਵਹਾਰਕ ਔਰ ਧਾਰਮਿਕ ਵਿੱਦਿਆ ਦੇ ਕੇ ਲਾਇਕ ਬਣਾਉਣਾ। ਇੱਕੀਵਾਂ, ਜੇ ਕੋਈ ਕੰਮ ਧਰਮ ਵਿਰੁੱਧ ਹੋ ਜਾਵੇ ਤਾਂ ਖਾਲਸੇ ਦੇ ਦੀਵਾਨ ਵਿੱਚ ਹਾਜ਼ਰ ਹੋ ਕੇ ਤਨਖਾਹ ਬਖਸ਼ਵਾ ਲੈਣੀ। ਨਿਸ਼ੇਧ ਵਾਕਯ ਬਾਈਵਾਂ, ਇੱਕ ਅਕਾਲ ਤੋਂ ਛੁੱਟ ਹੋਰ ਕਿਸੇ ਦੇਵੀ ਦੇਵਤੇ ਅਵਤਾਰ ਔਰ ਪੈਗੰਬਰ ਦੀ ਉਪਾਸਨਾ ਨਹੀਂ ਕਰਨੀ। ਤੇਈਵਾਂ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕਿਸੇ ਧਰਮ ਪੁਸਤਕ ਪਰ ਨਿਸ਼ਚਾ ਨਹੀਂ ਰੱਖਣਾ। ਚੌਵੀ, ਜੰਤਰ ਮੰਤਰ ਸ਼ਕੁਨ ਮੁਹਰਤ ਗ੍ਰਹਿ ਰਾਸ਼ੀ ਸ਼ਰਾਧ ਹੋਮ ਔਰ ਤਰਪਣ ਆਦਿਕ ਭਰਮ ਰੂਪ ਕਰਮਾਂ ਪਰ ਸ਼ਰਧਾ ਨਹੀਂ ਕਰਨੀ। ਪੱਚੀ, ਸਿੱਖ ਬਿਨਾਂ ਹੋਰ ਨਾਲ ਸਾਕ ਸੰਬੰਧ ਨਹੀਂ ਕਰਨਾ। ਛੱਬੀ, ਮੀਣੇ ਮਸੰਦ ਧੀਰਮਲੀਏ ਰਾਮ ਰਾਈਏ ਨੜੀ ਮਾਰ ਕੁੜੀ ਮਾਰ ਔਰ ਸਿਰਗੁਮਾ ਨਾਲ ਵਰਤੋਂ ਵਿਹਾਰ ਨਹੀਂ ਕਰਨਾ।
ਇਹਨਾਂ ਤੋਂ ਛੁੱਟ ਜੋ ਕੋਈ ਪੰਥ ਵਿੱਚ ਧੜੇ ਬੰਨ ਕੇ ਵੈਰ ਵਿਰੋਧ ਫੈਲਾਵੇ ਔਰ ਆਪਣੀ ਗੁਰਿਆਈ ਥਾਪ ਕੇ 10 ਸਤਿਗੁਰਾਂ ਦੇ ਆਸ਼ੇ ਤੋਂ ਵਿਰੁੱਧ ਚੱਲੇ ਉਸ ਨਾਲ ਕਦੇ ਨਹੀਂ ਵਰਤਣਾ। 27 ਚੋਰੀ ਯਾਰੀ ਝੂਠ ਅਨਿਆਏ ਨਿੰਦਾ ਛਲ ਕਪਟ ਵਿਸ਼ਵਾਸਘਾਤ ਜੂਆ ਆਦਿਕ ਅਵਗੁਣਾਂ ਦਾ ਸਦਾ ਤਿਆਗ ਕਰਨਾ। 28 ਮਦਿਰਾ ਆਦਿਕ ਸਾਰੇ ਅਮਲ ਨਸ਼ੇ ਬੁੱਧੀ ਔਰ ਬਲ ਨਾਸ਼ਕ ਜਾਣ ਕੇ ਤਿਆਗ ਦੇਣੇ। 29 ਸਿੱਖ ਦਾ ਅੱਧਾ ਨਾਉ ਨਿਰਾਦਰ ਬੋਧਕ ਹੈ ਨਹੀਂ ਲੈਣਾ। 30 ਬਚਨ ਕਰਕੇ ਕਦੇ ਨਹੀਂ ਹਾਰਨਾ। 31 ਚੰਚਲ ਇਸਤਰੀਆਂ ਦੇ ਪਹਿਰਣ ਯੋਗ ਕਸੁੰਬੇ ਆਦਿਕ ਰੰਗ ਔਰ ਗਹਿਣੇ ਨਹੀਂ ਪਹਿਰਨੇ, ਸ਼ਸਤਰਾਂ ਨੂੰ ਆਪਣਾ ਭੂਸ਼ਣ ਸਮਝ ਕੇ ਸਦੇਵ ਧਾਰਨ ਕਰਨਾ। 32 ਕੁੱਠਾ ਤਮਾਕੂ ਮੁੰਡਨ ਅਤੇ ਪਰ ਇਸਤਰੀ ਨੂੰ ਧਰਮ ਨਾਸ਼ਕ ਜਾਣ ਕੇ ਸਦਾ ਤਿਆਗ ਕਰਨਾ। 33 ਕਿਸੇ ਦੇਵੀ ਦੇਵਤਾ ਔਰ ਮੜੀ ਮੱਠ ਪਰ ਚੜਿਆ ਹੋਇਆ ਪ੍ਰਸ਼ਾਦ ਅੰਗੀਕਾਰ ਨਹੀਂ ਕਰਨਾ। 34 ਕਿਸੇ ਪ੍ਰਕਾਰ ਦੀ ਸੁਖਣਾ ਨਹੀਂ ਸੁਖਣੀ। 35 ਬਿਗਾਨਾ ਹੱਕ ਰਿਸ਼ਵਤ ਆਦਿਕ ਕਦੇ ਨਹੀਂ ਲੈਣਾ। 36 ਗੁਰਦੁਆਰਿਆਂ ਤੋਂ ਬਿਨਾਂ ਹੋਰ ਕੋਈ ਆਪਣਾ ਤੀਰਥ ਔਰ ਧਾਮ ਨਹੀਂ ਸਮਝਣਾ। 37 ਗੁਰੂ ਨਾਨਕ ਪੰਥੀ ਜਿਤਨੇ ਭੇਖ ਮਾਤਰ ਔਰ ਗੁਰੂ ਘਰ ਦੇ ਸਿੱਧਕੀ ਸਿੱਖ ਹਨ ਉਹਨਾਂ ਨਾਲ ਕਦੇ ਵੈਰ ਵਿਰੋਧ ਈਰਖਾ ਨਹੀਂ ਕਰਨੀ ਔਰ ਕਿਸੇ ਨੂੰ ਹਾਨੀ ਪਹੁੰਚਾਉਣ ਦਾ ਸੰਕਲਪ ਮਨ ਵਿੱਚ ਨਹੀਂ ਲਿਆਉਣਾ। ਤੇਰੇ ਭਾਣੇ ਸਰਬੱਤ ਦਾ ਭਲਾ ਵਾਕ ਅਨੁਸਾਰ ਸਭ ਦਾ ਹਿੱਤ ਚਾਹੁਣਾ। ਕਲਫ ਨਹੀਂ ਲਾਉਣੀ ਚਿੱਟੇ ਕੇਸ ਨਹੀਂ ਚੁਗਣੇ। 39 ਕੰਨਿਆਂ ਦਾ ਧਨ ਅੰਗੀਕਾਰ ਨਹੀਂ ਕਰਨਾ। 40 ਯਾਚਨਾ ਕਦੇ ਨਹੀਂ ਕਰਨੀ। 41 ਰਣ ਵਿੱਚ ਪਿੱਠ ਨਹੀਂ ਦੇਣੀ। ਭਾਈ ਨੰਦ ਲਾਲ ਸਾਹਿਬ ਤੋਸੀ ਫੋਸਨਾ ਵਿੱਚ ਗੁਰੂ ਸਾਹਿਬ ਨੂੰ ਸਰਬੋਤਮ ਕਥਨ ਕਰਦੇ ਹੋਏ ਗੁਰਮਤ ਨੂੰ ਹਿੰਦੂ ਮੁਸਲਮਾਨ ਈਸਾਈ ਆਦਿਕ ਧਰਮਾਂ ਤੋਂ ਭਿੰਨ ਔਰ ਸ੍ਰੇਸ਼ਟ ਲਿਖਦੇ ਹਨ। ਯਥਾ ਬੁਲੰਦ ਤਰ ਅਜ਼ ਹਨੂਦਾਤ ਵਲ ਤੁਰਕਾਤ ਵਲ ਕੁਫਰਾਤ ਵਲ ਇਸਲਾਮਾਤ ਵਲ ਤੋਰੇਤਾਤ ਵਲ ਇੰਜ਼ੀਲਾਤ ਵਲ ਜ਼ਬੂਰਾਤ ਵਲ ਫੁਰਕਾਨਾਤ ਵਲ ਪਿਰਾਤ ਵਲ ਪੈਗੰਬਰਾਤ। ਇਸ ਦਾ ਤਾਤਪਰਜ ਇਹ ਹੈ ਕਿ ਹਿੰਦੂ ਤੁਰਕ ਨਾਸਤਿਕ ਇਸਲਾਮ ਯਹੂਦੀ ਈਸਾਈ ਦਾਊਦੀ ਮੁਸਲਮਾਨ ਪੀਰ ਔਰ ਪੈਗੰਬਰ ਆਦਿਕਾਂ ਤੋਂ ਗੁਰੂ ਸਾਹਿਬ ਅਤਿਅੰਤ ਉੱਚੇ ਹਨ, ਅਰਥਾਤ ਸਿੱਖ ਧਰਮ ਸਭ ਧਰਮਾਂ ਤੋਂ ਸ਼੍ਰੋਮਣੀ ਹੈ। ਪਿਆਰੇ ਹਿੰਦੂ ਭਾਈ, ਇਹਨਾਂ ਪ੍ਰਮਾਣਾਂ ਤੋਂ ਆਪ ਦੇਖ ਸਕਦੇ ਹੋ ਕਿ ਸਤਿਗੁਰੂ ਦੇ ਸਿੱਖ ਹਮ ਹਿੰਦੂ ਨਹੀਂ ਮਨ ਉਕਤ ਨਹੀਂ ਆਖਦੇ, ਕਿੰਤੂ ਗੁਰਮਤ ਔਰ ਗੁਰੂ ਆਗਿਆ ਅਨੁਸਾਰ ਕਹਿੰਦੇ ਔਰ ਮੰਨਦੇ ਹਨ। ਪਹਿਲਾ, ਜੇ ਆਪ ਸਿੱਖਾਂ ਨੂੰ ਹਿੰਦੂਆਂ ਵਿੱਚੋਂ ਨਿਕਲਣੇ ਕਾਰਨ ਹਿੰਦੂ ਮੰਨਦੇ ਹੋ ਤਾਂ ਈਸਾਈਆਂ ਨੂੰ ਜੋ ਯਹੂਦੀਆਂ ਵਿੱਚੋਂ ਨਿਕਲੇ ਹਨ, ਮੁਸਲਮਾਨਾਂ ਨੂੰ ਜੋ ਕੁਰੇਸ਼ੀ ਈਸਾਈ ਔਰ ਯਹੂਦੀ ਆਦਿਕਾਂ ਵਿੱਚੋਂ ਨਿਕਲੇ ਹਨ, ਯਹੂਦੀ ਆਦਿਕ ਕਿਉਂ ਨਹੀਂ ਜਾਣਦੇ ਔਰ ਉਹ ਵੀ ਆਪਣੇ ਆਪ ਨੂੰ ਕਿਉਂ ਨਹੀਂ ਮੰਨਦੇ? ਔਰ ਖਾਸ ਕਰਕੇ ਜੋ ਹਿੰਦੁਸਤਾਨੀ ਹਿੰਦੂਆਂ ਵਿੱਚੋਂ ਨਿਕਲ ਕੇ ਈਸਾਈ ਔਰ ਮੁਸਲਮਾਨ ਬਣੇ ਹਨ, ਆਪ ਉਹਨਾਂ ਨੂੰ ਹਿੰਦੂ ਕਿਉਂ ਨਹੀਂ ਆਖਦੇ? ਦੂਜਾ, ਖਾਣ ਪਾਣ ਦੇ ਲਿਹਾਜ਼ ਕਰਕੇ ਜੇ ਸਿੱਖਾਂ ਨੂੰ ਹਿੰਦੂ ਮੰਨਦੇ ਹੋ ਤਾਂ ਯਹੂਦੀ ਈਸਾਈ ਮੁਸਲਮਾਨ ਬੋਧ ਔਰ ਪਾਰਸੀ ਆਦਿਕਾਂ ਦਾ ਵੀ ਖਾਣ ਪਾਣ ਇਕੱਠਾ ਹੁੰਦਾ ਹੈ? ਕਿਆ ਇਤਨੇ ਮਾਤਰ ਕਰਕੇ ਇਹ ਸਭ ਮਜ਼ਹਬੀ ਰੀਤੀ ਅਨੁਸਾਰ ਇੱਕ ਕਹੇ ਜਾ ਸਕਦੇ ਹਨ? ਔਰ ਇਸ ਵਿਸ਼ੇ ਪਰ ਜੋ ਸਾਡੇ ਧਰਮ ਪੁਸਤਕਾਂ ਦੀ ਰਾਏ ਹੈ ਉਹ ਵੀ ਆਪ ਨੂੰ ਸੁਣਾਉਣੀ ਮੁਨਾਸਬ ਸਮਝਦੇ ਹਾਂ, ਜਿਸ ਤੋਂ ਆਪ ਸਮਝ ਲਓਗੇ ਕਿ ਸਿੱਖਾਂ ਅਤੇ ਹਿੰਦੂਆਂ ਦਾ ਖਾਣ ਪਾਣ ਵਿੱਚ ਕਿਤਨਾ ਭੇਦ ਹੈ। ਮੋਨੇ ਕਰ ਆਹਾਰ ਨੇ ਖਾਣਾ ਰਸੋਈਆ ਸਿੱਖ ਰੱਖੇ ਜਾਤ ਪਾਤ ਕੋ ਭੇਦ ਨਾ ਕੋਈ ਚਾਰ ਵਰਣ ਅਚਵੈ ਇੱਕ ਹੋਈ। ਤੀਜਾ, ਜੇ ਹਿੰਦੂਆਂ ਨਾਲ ਸਾਖ ਨਾਤੇ ਹੋਣ ਕਰਕੇ ਸਿੱਖਾਂ ਨੂੰ ਹਿੰਦੂ ਆਖਦੇ ਹੋ ਤਾਂ ਯਹੂਦੀ ਈਸਾਈ ਬੋਧ ਜਾਪਾਨੀ ਔਰ ਚੀਨੀ ਆਦਿਕ ਦੀਆਂ ਆਪਸ ਵਿੱਚ ਰਿਸ਼ਤੇਦਾਰੀਆਂ ਹੁੰਦੀਆਂ ਹਨ, ਕਿਆ ਇਹ ਸੰਬੰਧ ਮਾਤਰ ਕਰਕੇ ਆਪਣੇ ਧਰਮ ਤੋਂ ਪਤਿਤ ਮੰਨੇ ਜਾਂਦੇ ਹਨ? ਔਰ ਆਪ ਨੂੰ ਤਵਾਰੀਖਾਂ ਤੋਂ ਪਤਾ ਲੱਗਿਆ ਹੋਣਾ ਹੈ ਕਿ ਕਿਸੇ ਵੇਲੇ ਮੁਗਲੀਆ ਖਾਨਦਾਨ ਦੇ ਨਾਲ ਹਿੰਦੂਆਂ ਦੇ ਸਾਕ ਨਾਤੇ ਵੀ ਹੁੰਦੇ ਸੈ। ਔਰ ਇਹ ਬਾਤ ਵੀ ਪ੍ਰਸਿੱਧ ਹੈ ਕਿ ਨੌਸ਼ੇਰਵਾ ਦੇ ਕ੍ਰਿਸ਼ਚਨ ਬਾਦਸ਼ਾਹ ਦੀ ਬੇਟੀ ਮਾਰਿਸ ਨਾਲ ਵਿਆਹ ਕੀਤਾ ਸੀ ਔਰ ਉਸ ਤੋਂ ਪੈਦਾ ਹੋਈ ਬੇਟੀ ਹਿੰਦੂ ਚੂੜਾਮਣੀ ਰਾਣਾ ਉਦੈਪੁਰ ਨੂੰ ਵਿਆਹੀ ਗਈ ਸੀ।
और बाबल दे बादशाह सिल्यूकस दी पुत्री दा राजा चंद्रगुप्त नाल व्याह होया सी और हड़िंबा उलुप्पी आदिक स्त्रियां जिन्हां दा संबंध भारत दे श्रोमणी पुरशां नाल होया सी हिंदूनियां नहीं सन और हिंदू आदिक नाल संबंध करन बाबत जो सिख धर्म दी सिखां लई आग्या है ओह भी इत्थे आप नूं सुना दिंदे हां। नाता गुरु के सिख नाल करे कन्या को मारे मोने को कन्या देवे सो तन खाइया है सिख को सिख पुत्री दई सुदा सुदा मिल जाए दई भादणी को सुता एह मुख अम्मी चुआए कन्या देवे सिख को लेवे ना कुछ दाम सोई मेरा सिख है पहुंचे गो ममताम कन्या जब वर प्राप्त होवे तब सहयोग करे छोटी बालकी का सहयोग ना करे और सहयोग ऐसी कुल विखे करे जिथे सिखी अकाल पुरख दी होवे। चौथा जे हिंदुस्तान विच रहन कारण सिखा नू हिंदू समझदे हो तां ईसाई मुसलमान आदिका नू भी आप हिंदू जाणो जे देश दे रहन करके ओह हिंदू हन तां सानू भी हिंदू अर्थात इंडियन कहाउण विच कोई इतराज नहीं। पंजवां और आपने जो आख्या है कि हिंदू पद दे अर्थ बहुत उत्तम हैं इस नू फारसी पद समझ के गिलानी नहीं करनी चाहिए और अपने अर्थ दी तायद विच रामकोश मेरु तंत प्रकाश और कालिका पुराण सानू देखने दसे हैं सो इस पर साडा यह कथन है कि सिख धर्म अनुसार कोई भाषा देवबाणी अरमलेच भाषा नहीं केवल विदेशी बोली दा पद होण करके गिलानी योग नहीं पर आप दे निश्चय अनुसार जे हिंदू पद दे अर्थ उत्तम हन ता आप नू मुबारक होण असी कदे नहीं आखदे कि हिंदू बुरा नाउ है क्योंकि किसे दे मत दा चाहे केहा ही नाउ होवे उस विच दूसरे मत दे आदमी नू कोई तर्क नहीं करनी चाहिदी जैसे योगियां दे 12 फिरकियां विचों एक पागल पंथ है जे असी उन्हां नू समझाउण जाइए कि तुसी आप नू पागल पंथी ना कहाओ ता साडी मूर्खता है अर हिंदू नाओ संस्कृत है जा फारसी इस गल नू संसार दे सारे विद्वान जानदे हन और आप दे प्रसिद्ध काशी निवासी 45 पंडितां ने साल 1920 विच व्यवस्था दित्ती है कि हिंदू यवन संकेत पद है इस कारण हिंदू कहाउणा सर्वथा अनुचित है और अज ताई भारतो तारक आदिक रसालियां विच यही लिखिया जांदा रहिया है कि हिंदू नाओ मलेच्छां दा रख्या होया है इस वास्ते आर्य लोकां नू कदे हिंदू नहीं कहाना चाहिए और ना आर्यवर्त नू हिंदुस्तान आखना लोड़िए। हिंदू पद वेदां खट शास्त्रां सिमरतियां रामायण महाभारत आदिक पुस्तकां विच असे कदे नहीं देखिया आश्चर्य दी गल है कि हुण आप दे कोशां और पुराणां विच्चों पंडित जी दी कृपा करके निकल आया है पर केहा चंगा हुंदा जे एह उद्दम इस चर्चा दे उठन तो पहला कीता जांदा विद्वानां नूं हुण अपना एह यतन नीसफल जापदा है। सानू इस वेले आप दे मूहों हिंदू पद संस्कृत भाषा दा होना सुन के भारतेंदु बाबू हरीश चंद्र दा लेख याद आया है जिस दा सार यों है दखना दे के जे ही व्यवस्था चाहिए पंडित जी तो लै सकी दी है और जो बात शास्त्रा विच्चों सिद्ध करौनी चाहो सो सिद्ध हो जांदी है। उदाहरण प्रश्न क्या पंडित जी आप क्रिस्तान और मुसलमाना नू भी किसी प्रमाण और युक्ति नाल हिंदू सिद्ध कर सकते हो? पंडित जी दा उत्तर हां दखना लियाओ हुणे सिद्ध करके दिखा देंदे हां। प्रश्न भला किस तरह? पंडित जी भाई क्रिस्तान और मुसलमान तां शुद्ध ब्राह्मण हन असल बात यों है कि यादवां दे दो पुरोहित से एक नू कृष्ण भगवान मन्या करदे से इस करके उस पुरोहित दा नाओ कृष्ण मान्य सी दूजे नू कृष्ण जी दा भाई मुसल बल भद्र मन्या करदे सी इस करके उस दा नाओ मुसलमान्य सी एह दोवें क्रिस्तान और मुसलमान मत उना पुरोहितां दी संतान हन।
लोगों संस्कृत का शुद्ध उच्चारण नहीं आता, इस वास्ते कृष्ण मान्य की जगह क्रिस्तान और मुसलमान्य की जगह मुसलमान आखन लग पे। लियाओ दखना, तुहानू हुणे इह व्यवस्था लिख के दईए। प्यारे हिंदू भाई, सानू आप दे हिंदू पद का संस्कृत सिद्ध होना भी अजिही व्यवस्था का ही फल जापदा है। इंद और सिंध पद तो हिंदू पद बनना केवल आप दी कपोल कल्पना है, आप दे प्राचीन ग्रंथा तो सिद्ध नहीं है। जे है तां उदाहरण लई कोई प्रसंग दसो। हिंदू गुरु ग्रंथ साहिब विच लिखिया है, हिंदू सालाही सालाहन। सिख हिंदू साहिब तुक दा अद्धा हिस्सा पढ़ के अज्ञानी सिखा नू धोखा ना दियो। इस शब्द विच सतगुरां ने हिंदुआं दी महिमा नहीं आखी। ध्यान दे के सुनो गुरु शब्द की कहिंदा है। मुसलमाना सिफत सरीयत पढ़ पढ़ करे विचार, हिंदू सा लाही सा लाहन दर्शन रूप अपार। सतिया मन संतोख उपजे देने के विचार, चोरा जारा ते कुड़ियारा खराबा वेकार। नानक भगता भुख सलाहन सच नाम आधार। शब्द का भाव यह है कि मुसलमान अपनी शरा की महिमा गाते हैं, हिंदू खट दर्शन अते शंख चक्कर त्रिशूल आदिक धारी देवतिया दे चतुरभुजी पंचमुखी आदिक अद्भुत स्वरूपां की महिमा कहते हैं। दानी लोग दान दे के ही तसली हासिल करते हैं। चोर यार आदिक कुकर्मी मंद कर्मा विच ही मगन हैं। पर हे वाहिगुरु, तेरे भगतां नूं केवल तेरी महिमा की हर वेले भुख है और उन्होंने सतनाम नूं ही अपना आधार किया है। मेरे प्यारे हिंदू जी, इस शब्द विच हिंदू मत की महिमा कित्थे है? हिंदू देखो, गुरु गोबिंद सिंह साहिब छके छंदां विच खालसा पंथ नूं हिंदू कथन करते हैं। यथा सगल जगत में खालसा पंथ गाजे, जगे धर्म हिंदू सगल दंद भाजे। और मेरे प्रेमी खालसा जी, सिख मत हिंदुओं का एक पंथ है, जिस तरह बैरागी सन्यासी आदिक हैं कौम नहीं है। असल विच आप कौम और पंथ का अर्थ समझे बिना ही एवें रौला मचा रहे हो। कौम ओह हो सकती है जिसकी गिणती बहुत होवे, आप केवल लखां की गिणती विच हो। सिख मेरे प्यारे हिंदू जी, यह छंद गुरु गोबिंद सिंह साहिब के बनाए हुए नहीं, यह दुर्गा भगत भाई सुखा सिंह पटना साहिब के ग्रंथी की रचना है। जो लोग दसवें पातशाह की रचना के जाणू हैं, वह चंगी तरह समझते हैं कि हमन और तुमन पद गुरु साहिब ने अपने काव्य विच कदे नहीं बरते और यह बोली निरपक्ष अनपढ़ पूर्बिया की है। जे आप दा पक्का निश्चा है कि छके छंद दसवें सतगुरु की ही रचना है, तो लो शरदा नाल कन दे के सुनो, छके आप दे कहे छके छड़ाउंदे हन। मड़ी गोर देवल मसीता गिराए, तू ही एक अकाल हर हर जपाए। मिटे वेद शास्त्र अठारह पुराना, मिटे बांग सलवात सुन्नत कुराना। सगल जगत में खालसा पंथ गाजे, जगे धर्म हिंदू सकल दुंद भाजे। हुण सानू दया करके यह दसो कि देव मंत्र वेद शास्त्र और पुराणा दा मलिया मेट करके वह केड़ा हिंदू धर्म है जिस दे संसार पर फैलाउण लई आप दे प्रमाणिक छक्कियां विच बेनती कीती गई है। और आप दुंद पद दा अर्थ भी जानते हो कि इस तो की भाव है। प्रेमी जी, इस दा अर्थ है कि हिंदू मुसलमान आदिक कोई पंथ भी संसार पर खालसे नाल दूजा ना रहे, केवल खालसा ही रह जावे। और आपने जो आख्या है कि सिख पंथ है कौम नहीं, इस पर देखो आप दे ही प्यारे छक्के की उचारदे हन। दूहूं पंथ में कपट विद्या चलानी, बहुर तीसरा पंथ कीजे प्रधानी। करो खालसा पंथ तीसर प्रवेसा, जगे सिंह जोधे तरे नील पेसा। प्रेमी जी, आप दे प्रमाण मन्ने हुए छक्के हिंदू और मुसलमाना नूं भी पंथ ही दसते हैं, कौम नहीं आखते। दसो हुण असी की करिए? कृपा करके सानू ए भी दसना कि आप दे कोश विच कौम पद हिंदू पद की तरह किते संस्कृत भाषा दा तां नहीं है। असी आप तो ए भी मालूम करना चाहते हाँ कि कितनी गिणती हो जाण पर कोई मत कौम कहाउण योग हो जाता है, और ईसाई मुसलमान आदिक किन्नी किन्नी मरदम शुमारी होण पर कौम कहाउण लगे से।
ਅੱਜ ਅਸੀਂ ਇੱਥੇ ਹੀ ਸਮਾਪਤੀ ਕਰਦੇ ਹਾਂ। ਬਾਣੀ ਪੜ੍ਹਦੇ ਹੋਏ ਬੇਨਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਸੰਗਤ ਪਾਸੋਂ ਮਾਫ਼ੀ ਮੰਗਦੇ ਹਾਂ ਅਤੇ ਸੰਗਤ ਬਖਸ਼ਣਯੋਗ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।